ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨੁਖ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜੀਤੇ ਪੰਚ ਵਿਕਾਰ ਏਕ ਓਂਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੀਓ ਉਪਦਰਵ ਤੁਰਕ ਬਡ ਅੰਮ੍ਰਿਤਸਰ ਗੁਰਦੁਆਰ ਹਰ ਮੰਦਰ ਮੈਂ ਕੰਚਨੀ ਰਖੇ ਤੁਰਕਣ ਕੈ ਸਰਦਾਰ ਮੰਡਿਆਲੀ ਕੋ ਰੰਗੜੋ ਮੱਸਾ ਤਾਂ ਕੋ ਨਾਮ ਕਰੇ ਬੇਅਦਬੀ ਹਰ ਮੰਦਰ ਪਾਪੀ ਬੜੋ ਹਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਗੁਰੂ ਕੇ ਪਾਵਨ ਚਰਨ ਕਮਲਾਂ ਵਿਖੇ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕਰਦਿਆਂ ਹੋਇਆਂ ਰਾਗੀ ਸਿੰਘਾਂ ਦੀ ਰਸਨਾ ਤੋਂ ਗੁਰੂ ਕੀ ਲਾਹੀ ਬਾਣੀ ਦਾ ਕੀਰਤਨ ਅਤੇ ਗੁਰੂ ਕੇ ਕਮੀਸ਼ਰ ਸਿੰਘਾਂ ਦੇ ਪਾਸੋਂ ਸਾਹਿਬ ਜੀ ਦਾ ਪਾਵਨ ਇਤਿਹਾਸ ਸਰਵਣ ਕਰਕੇ ਨਿਹਾਲ ਹੋ ਰਹੇ ਸਾਂ। ਸੋ ਪਿਛਲੇ ਦਿਨੀ ਯਤਨ ਕੀਤਾ ਸੀ ਕਿ ਗੁਰੂ ਖਾਲਸਾ ਗੁਰੂ ਕੇ ਪੰਥ ਦੇ ਪਾਵਨ ਇਤਿਹਾਸ ਵਿੱਚੋਂ ਕੋਈ ਅਜਿਹੇ ਸੂਰਬੀਰ ਮਹਾਨ ਯੋਧਿਆਂ ਦੇ ਪਾਵਨ ਇਤਿਹਾਸ ਦੀ ਵਿਚਾਰ ਆਪ ਜੀ ਨਾ ਕਰ ਸਕਾਂ। ਪਿਛਲੇ ਦਿਨੀ ਸਾਜੇ ਹੋਏ ਸੁੰਦਰ ਦੀਵਾਨਾ ਅੰਦਰ ਆਪਾਂ ਸਰਵਣ ਕੀਤਾ ਸੀ ਕਿ ਜਦੋਂ ਪੰਥ 'ਤੇ ਬਹੁਤ ਵੱਡਾ ਮਹਾਨ ਸੰਕਟ ਦਾ ਸਮਾਂ ਆਇਆ ਭਾਈ ਮਹਿਤਾਬ ਸਿੰਘ ਜੀ ਮੀਰਾਂ ਕੋਟ ਵਾਲੇ ਹੋਰ ਨੇਕਾਂ ਗੁਰੂ ਕੇ ਪਿਆਰੇ ਸੂਰਮਿਆਂ ਨੇ ਧਰਮ ਤੋਂ ਜਾਨਾਂ ਨਿਸ਼ਾਵਰ ਕਰਨ ਵਾਸਤੇ ਆਪੋ ਆਪਣੇ ਘਰਾਂ ਤੋਂ ਤਿਆਰੀ ਕਰਕੇ ਗੁਰੂ ਖਾਲਸਾ ਦਲ ਪੰਥ ਵਿੱਚ ਜਾ ਵੜੇ। ਸੋ
ਬਹੁਤ ਵੱਡੀ ਭਾਰੀ ਗਿਣਤੀ ਦੇ ਵਿੱਚ ਸੂਰਮਿਆਂ ਦਾ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਲਾਗੇ ਬੰਨੇ ਇਕੱਠ ਹੋਣਾ ਇਹ ਜ਼ਕਰੀਆ ਖਾਨ ਬਹਾਦਰ ਨੂੰ ਵੇਖਣ ਵਿੱਚ ਸੁਣਨ ਵਿੱਚ ਚੰਗਾ ਨਹੀਂ ਸੀ ਲੱਗਦਾ। ਉਹਨੇ ਕੋਈ ਇਹੋ ਜਿਹੀ ਖੱਦ ਨਹੀਂ ਛੱਡੀ ਜਿਸ ਦੇ ਨਾਲ ਗੁਰੂ ਕੇ ਪੰਥ ਦਾ, ਗੁਰੂ ਕੇ ਸਿੰਘਾਂ ਦਾ ਕੋਈ ਬਚਾਅ ਹੋ ਸਕੇ। ਇੱਥੋਂ ਤੱਕ ਕਿ ਪਿੰਡੋ ਪਿੰਡੀ ਆਪਣੇ ਚੌਧਰੀਆਂ ਨੂੰ ਹੁਕਮ ਕਰ ਦਿੱਤਾ ਕਿ ਜਿੰਨੇ ਵੀ ਤੁਸੀਂ ਚੌਧਰੀ ਲੋਕ ਆਪੋ ਆਪਣੇ ਨਗਰ ਦੇ ਲੋਕ ਸਾਡੇ ਕੋਲ ਲੈ ਕੇ ਆਓ। ਉਹਨਾਂ ਨੂੰ ਆਦੇਸ਼ ਜਾਰੀ ਕਰ ਦਿੱਤਾ, ਹਕੂਮਤ ਦਾ ਹੁਕਮ ਸੁਣਾਇਆ ਕਿ ਤੁਰਕ ਹਕੂਮਤ ਦਾ ਇਹ ਹੁਕਮ ਹੈ ਕਿ ਕਲਗੀਆਂ ਵਾਲੇ ਪਾਤਸ਼ਾਹ ਦੇ ਖਾਲਸੇ ਪੰਥ ਦੇ ਨਾਲ ਜੇ ਕੋਈ ਸਾਂਝ ਰੱਖੇਗਾ ਜਾਂ ਗੁਰੂ ਕੇ ਸਿੰਘਾਂ ਨੂੰ ਕੋਈ ਭੋਜਨ ਪ੍ਰਸ਼ਾਦਾ ਛਕਾਵੇਗਾ, ਅਨੇਕਾਂ ਪ੍ਰਕਾਰ ਦੇ ਤਸੀਹੇ ਦੇ ਕਰਕੇ ਉਹਦੀ ਜਾਨ ਕੱਢ ਦਿੱਤੀ ਜਾਵੇਗੀ। ਜੇ ਕਿਸੇ ਨੇ ਰਸਤੇ 'ਚ ਤੁਰੇ ਜਾਂਦੇ ਪੰਥ ਨੂੰ ਬੁਲਾਇਆ ਵੀ ਮੈਨੂੰ ਪਤਾ ਲੱਗ ਗਿਆ, ਮੇਰੀ ਹਕੂਮਤ ਨੂੰ ਪਤਾ ਲੱਗ ਗਿਆ ਅਤੇ ਪੁੱਠੇ ਟੰਗ ਕਰਕੇ ਸ਼ਹੀਦ ਕਰ ਦਾਂਗਾ, ਮਾਰ ਦੇਵਾਂਗਾ। ਇੱਥੋਂ ਤੱਕ ਵੀ ਕਹਿ ਦਿੱਤਾ ਵੀ ਨਾ ਗੁਰੂ ਕੇ ਸਿੰਘਾਂ ਦੀ ਕੋਈ ਧੀ ਭੈਣ ਦਾ ਰਿਸ਼ਤਾ ਨਾ ਦੇਣਾ, ਨਾ ਕਿਸੇ ਬੱਚੀ ਬੱਚੇ ਦਾ ਰਿਸ਼ਤਾ ਉਹਨਾਂ ਦਾ ਲੈਣਾ ਅਤੇ ਨਾ ਉਹਨਾਂ ਨਾਲ ਗੁੱਸਾ 'ਚ ਰੱਖਣੀ। ਜੇ ਕਿਸੇ ਨੇ ਇਹੋ ਜਿਹਾ ਕੀਤਾ ਵੀ ਤਾਂ ਜ਼ਕਰੀਆ ਖਾਨ ਕਹਿੰਦਾ ਮੈਂ ਜਿੰਦਾ ਧਰਤੀ ਦੇ ਵਿੱਚ ਗੱਢ ਦੇਵਾਂਗਾ, ਇਹੋ ਜਿਹੀ ਮੌਤ ਮਾਰਾਂਗਾ ਵੀ ਰਹਿੰਦੀ ਦੁਨੀਆ ਤੱਕ ਲੋਕ ਚੇਤੇ ਕਰਨਗੇ ਵੀ ਜ਼ਕਰੀਆ ਖਾਨ ਇਹੋ ਜਿਹੀ ਤਸੀਹੇ ਦਿੰਦਾ ਰਿਹਾ ਹੈ। ਜਦੋਂ ਇਹ ਸਾਰਾ ਕੁਝ ਪੰਥ 'ਤੇ ਵਾਪਰਿਆ ਅਤੇ ਹਕੂਮਤ ਨੇ ਆਪਣੀ ਚਾਲ ਚੱਲੀ, ਸਾਡੇ ਵਿੱਚੋਂ ਸਾਡੇ ਹੀ ਲੋਕਾਂ ਨੂੰ ਆਪਣੇ ਨਾਲ ਲਾ ਕਰਕੇ, ਜਗੀਰਾਂ ਦੇ ਲਾਲਚ ਦੇ ਕਰਕੇ, ਚੌਧਰਾਂ ਦੇ ਕਰਕੇ ਆਪਣੇ ਨਾਲ ਰਲਾ ਲਿਆ ਕਿ ਜਿੱਥੇ ਵੀ ਕੋਈ ਗੁਰੂ ਕਾ ਖਾਲਸਾ ਸਵੇਰੇ ਸ਼ਾਮ ਨਹੇਰੇ ਸਵੇਰੇ ਕਿਤੇ ਮਿਲੇ ਉਹਦੀ ਸੂਹ ਸਰਕਾਰ ਹੁੰਦੇ ਨਹੀਂ ਰਹਿਣ। ਪਿਛਲੇ ਦਿਨੀਂ ਵੀ ਬੇਨਤੀ ਕੀਤੀ ਸੀ ਵੀ ਇਹ ਹਕੂਮਤ ਦਾ ਨਿਸ਼ਾਨਾ ਹੁੰਦਾ ਹੈ, ਕੋਈ ਸੰਘਰਸ਼ ਫੇਲ ਕਰਨਾ, ਕੋਈ ਮਜੋਰਿਟੀ ਫੇਲ ਕਰਨੀ ਅਤੇ ਉਹਦੇ ਵਿੱਚੋਂ ਬੰਦਿਆਂ ਦੀ ਖਰੀਦੋ ਫਰੋਖਤ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਹੀ ਖਾਨ ਨਵਾਬ ਨੇ, ਜ਼ਕਰੀਆ ਖਾਨ ਨੇ ਇਹੋ ਕਰਮ ਹੀ ਕੀਤਾ। ਫਿਰ ਸਾਡੇ ਲੋਕ ਪਿੰਡਾਂ ਦੇ ਵਿੱਚ ਰਹਿਣ ਵਾਲੇ ਭਾਈਚਾਰੇ ਦੇ ਲੋਕਾਂ ਨੇ ਮਾਇਆ ਦਾ ਕਰਕੇ, ਧਨ ਦੌਲਤ ਦਾ ਕਰਕੇ ਨਿੱਕੀ ਨਿੱਕੀ ਗੱਲ ਜਿਹੜੀ ਹਕੂਮਤ ਦੇ ਕੰਨਾਂ ਵਿੱਚ ਪਾਈ ਅਤੇ ਖਾਲਸੇ ਦਾ ਬਿਪਤਾ ਦਾ ਸਮਾਂ ਸੰਕਟ ਹੋਰ ਵੱਧ ਗਿਆ। ਇੱਥੋਂ ਤੱਕ ਵੀ ਸਮਾਂ ਆਇਆ, ਕਵੀ ਜੀ ਜ਼ਿਕਰ ਕਰਦੇ ਨੇ ਕਿ ਅੰਮ੍ਰਿਤਸਰ ਕੀ ਲਾਹੌਰ ਕੀ ਲਾਗੇ ਬੰਨੇ ਸਿੰਘਾਂ ਦਾ ਜਿਉਣਾ ਰਹਿਣਾ ਬਹਿਣਾ ਬੜਾ ਮੁਸ਼ਕਲ ਹੋ ਗਿਆ। ਫਿਰ ਸਾਰੇ ਖਾਲਸੇ ਨੇ ਇਕੱਤਰ ਹੋ ਕੇ ਗੁਰਮਤਾ ਕੀਤਾ ਕਿ ਕੁਝ ਸਮਾਂ ਪਾਸੇ ਰਹਿ ਕਰਕੇ ਪੰਥ ਦੀਆਂ ਗਤੀਵਿਧੀਆਂ ਕਰਨੀਆਂ ਚਾਹੀਦੀਆਂ ਨੇ, ਜਿੰਨਾ ਚਿਰ ਕੋਈ ਕਿਸੇ ਪਾਸਿਓਂ ਹੱਲ ਨਹੀਂ ਨਿਕਲਦਾ ਐਵੇਂ ਅਜਾਈ ਜਾਨ ਗਵਾਉਣੀ ਇਹ ਵੀ ਖਾਲਸੇ ਦੀ ਰਣਨੀਤੀ ਨਹੀਂ। ਪਹਿਲਾਂ ਆਪਣਾ ਬਚਾਅ, ਫਿਰ ਸਾਰਾ ਕੁਝ ਹੈ। ਜੇ ਆਪ ਹੀ ਸ਼ਹੀਦੀ ਪਾ ਕੇ
ਅਤੇ ਫਿਰ ਇਹ ਜਿਹੜੀਆਂ ਜ਼ਕਰੀਆ ਖਾਨ ਹੈ ਇਹ ਬਹੁਤ ਜ਼ਿਆਦਾ ਸਿਰੇ ਚੜ੍ਹ ਜਾਵੇਗਾ, ਸਾਡੇ ਹੋਰ ਪਰਿਵਾਰਾਂ ਦਾ ਰਹਿਣਾ ਬਹਿਣਾ ਮੁਸ਼ਕਲ ਹੋ ਜਾਵੇ। ਇਹ ਗੁਰਮਤਾ ਕਰਕੇ ਖਾਲਸਾ ਜੀ ਗੁਰੂ ਕੇ ਸਿੰਘ ਕੋਈ ਪੂਰਬ ਵਾਲੇ ਪਿੱਛੇ ਪਾਸੇ ਜਾ ਵਸਿਆ, ਕਿਸੇ ਨੇ ਪਹਾੜੀਆਂ ਦੇ ਵਿੱਚ ਰਹਿ ਕਰਕੇ ਸਮਾਂ ਬਤੀਤ ਕੀਤਾ, ਕਿਸੇ ਨੇ ਮਹਾਰਾਸ਼ਟਰ ਦੀ ਧਰਤੀ 'ਤੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ ਵੱਲ ਨੂੰ ਚਾਲੇ ਪਾ ਲਏ। ਭਾਈ ਮਹਿਤਾਬ ਸਿੰਘ ਇਹ ਗੁਰੂ ਦੀਆਂ ਫੌਜਾਂ ਦਾ ਬੜਾ ਜੁਝਾਰੂ ਜਰਨੈਲ ਹੈ, ਇਹਦੇ ਸਰੀਰ ਵੀ ਬਣਤਰ ਬੜੀ ਸੋਹਣੀ ਹੈ, ਜ਼ੋਰ ਬਹੁਤ ਜ਼ਿਆਦਾ ਹੈ, ਸ਼ਸਤਰਾਂ ਦਾ ਮਾਹਰ ਹੈ। ਇਹਨੇ ਕਿਸੇ ਸੱਜਣ ਦੇ ਨਾਲ ਗੱਲਬਾਤ ਕਰਕੇ ਅਤੇ ਜੈਪੁਰ ਜਾ ਕਰਕੇ ਵਾਸਾ ਕੀਤਾ ਅਤੇ ਜੈਪੁਰ ਜਾ ਕਰਕੇ ਉੱਥੋਂ ਦੇ ਰਾਜੇ ਦੀ ਫੌਜ ਦੇ ਵਿੱਚ ਭਰਤੀ ਹੋਏ। ਜਦੋਂ ਸਿੰਘਾਂ ਨੂੰ ਪਤਾ ਲੱਗਾ ਕਿ ਸਾਡਾ ਸਰਦਾਰ ਜਰਨੈਲ ਇੱਥੋਂ ਲਾਗੇ ਹੈ, ਰਾਜਸਥਾਨ ਹੈ, ਜੈਪੁਰ, ਪਤਾ ਕਰਦਿਆਂ ਕਰਦਿਆਂ ਗੁਰੂ ਕਾ ਖਾਲਸਾ ਜੈਪੁਰ ਜਾ ਕਰਕੇ ਭਾਈ ਮਹਿਤਾਬ ਸਿੰਘ ਨੂੰ ਮਿਲਿਆ। ਗੁਰੂ ਕੀ ਫਤਿਹ ਦੀ ਸਾਂਝ ਹੋਈ ਅਤੇ ਫਤਿਹ ਦੀ ਸਾਂਝ ਕਰਨ ਤੋਂ ਬਾਅਦ ਭਾਈ ਮਹਿਤਾਬ ਸਿੰਘ ਨੇ ਵਚਨ ਕੀਤਾ ਵੀ ਗੁਰੂ ਖਾਲਸਾ ਜੀ ਪੰਜਾਬ ਦੀ ਧਰਤੀ ਦੇ ਹਾਲਾਤ ਕੀ ਨੇ, ਅੰਮ੍ਰਿਤਸਰ ਵਿੱਚ ਰਹਿਣ ਵਾਲੇ ਸਿੱਖਾਂ ਦੇ, ਲਾਹੌਰ ਦੀ ਧਰਤੀ ਦਾ ਕਿਵੇਂ ਕਿਵੇਂ ਉੱਥੋਂ ਦਾ ਮਾਹੌਲ ਚਾਲ ਹੈ, ਗੁਰੂ ਕੇ ਪੰਥ ਦਾ ਅਤੇ ਤੁਰਕਾਂ ਨੇ ਕਿੱਥੇ ਕਿੱਥੇ ਡੇਰੇ ਲਾਏ ਨੇ। ਇਹ ਗੁਰੂ ਕੇ ਸਿੰਘ ਨੇ ਵਚਨ ਕੀਤਾ ਵੀ ਭਾਈ ਮਹਿਤਾਬ ਸਿੰਘ ਹੁਣ ਅੰਮ੍ਰਿਤਸਰ ਦੀ ਧਰਤੀ ਦਾ ਹਾਲਾਤ ਜਿਹੜੇ ਬਣੇ ਹੋਏ ਨੇ ਉਹ ਤਾਂ ਸੱਪ ਦੇ ਮੂੰਹ 'ਚ ਕੋੜ ਕਿਲੇ ਵਾਲੀ ਗੱਲ ਹੈ। ਜੇ ਉੱਥੇ ਕੋਈ ਗੁਰੂ ਕਾ ਸਿੱਖ ਬੋਲਣ ਦੀ ਗੱਲ ਕਰਦਾ ਤਾਂ ਤੁਰਕ ਵੱਡੀ ਭਾਰੀ ਗਿਣਤੀ ਵਿੱਚ ਨੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਚੁਫੇਰੇ ਬਹੁਤ ਵੱਡੀ ਭਾਰੀ ਗਿਣਤੀ ਦੇ ਵਿੱਚ ਉੱਥੇ ਤੁਰਕਾਂ ਨੇ ਆਪਣਾ ਕਬਜ਼ਾ ਕੀਤਾ ਹੋਇਆ ਹੈ। ਜੋ ਉੱਥੋਂ ਦਾ ਮੈਂ ਹਾਲਾਤ ਵੇਖਿਆ, ਜੋ ਮੈਂ ਸੁਣਿਆ ਉਹ ਮੈਂ ਤੈਨੂੰ ਦੱਸਦਾ ਵੀ ਜ਼ਬਾਨ ਦੇ ਨਾਲ ਗੁਰੂ ਕਾ ਸਿੱਖ ਦੱਸਦਾ ਹੈ ਅਤੇ ਤਾਂ ਵੀ ਦੁੱਖ ਲੱਗਦਾ ਹੈ, ਕੰਨਾਂ ਦੇ ਵਿੱਚ ਉਹ ਗੱਲ ਪੈਂਦੀ ਹੈ ਅਤੇ ਤਾਂ ਵੀ ਦੁੱਖ ਲੱਗਦਾ। ਜੇ ਹਿਰਦੇ 'ਤੇ ਰੱਖ ਕੇ ਬੈਠਦੇ ਹਾਂ ਤਾਂ ਮਹਿਤਾਬ ਸਿੰਘ ਹਿਰਦਾ ਫਟਦਾ ਜਾਂਦਾ। ਇਹੋ ਜਿਹੇ ਹਾਲਾਤ ਨੇ ਅੰਮ੍ਰਿਤਸਰ ਦੀ ਧਰਤੀ 'ਤੇ, ਉਹ ਕਿਵੇਂ ਗੁਰੂ ਕਾ ਪਿਆਰਾ ਗੁਰੂ ਦਾ ਸਿੱਖ ਸਾਰਾ ਹਾਲਾਤ ਭਾਈ ਮਹਿਤਾਬ ਸਿੰਘ ਨੂੰ ਦੱਸੇਗਾ, ਕਿਵੇਂ ਫਿਰ ਗੁਰੂ ਕਾ ਖਾਲਸਾ ਚੜ੍ਹਾਈ ਕਰਕੇ ਆਵੇਗਾ। ਸਾਰਾ ਹੀ ਗੁਰੂ ਦੀ ਕਿਰਪਾ ਦਾ ਸਦਕਾ ਇਹ ਪ੍ਰਸੰਗ ਦੇ ਵਿੱਚ ਆ ਰਿਹਾ ਹੈ। ਗੁਰੂ ਕਿਰਪਾ ਕਰੇ, ਮਨ ਚਿੱਤ ਬਿਰਤੀਆਂ ਨੂੰ ਕਾਗਰ ਕਰਕੇ ਸਰਵਣ ਕਰਨ ਦਾ ਯਤਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕੀਓ ਪਦਰਵ ਤੁਰਕ ਬਡ। ਭਾਈ ਮਹਿਤਾਬ ਸਿੰਘ ਅੰਮ੍ਰਿਤਸਰ ਦੀ ਧਰਤੀ 'ਤੇ ਤੁਰਕਾਂ ਨੇ ਬਹੁਤ ਵੱਡਾ ਭਾਰੀ ਕਹਿਰ ਕੀਤਾ ਹੈ ਆਪਣੀ ਕੌਮ 'ਤੇ, ਆਪਣੇ ਭਾਈਚਾਰੇ 'ਤੇ। ਅੰਮ੍ਰਿਤਸਰ ਗੁਰਦੁਆਰ, ਜਿਹੜਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਾਹਿਬ ਸ੍ਰੀ ਗੁਰੂ ਰਾਮਦਾਸ ਗਰੀਬ ਨਿਵਾਜ ਸਤਿਗੁਰੂ ਜੀ ਦਾ ਪਾਵਨ ਸਥਾਨ ਹੈ ਨਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿੱਥੇ ਗੁਰੂ ਕੇ ਸਤਿਗੁਰਾਂ ਦਾ ਉਪਦੇਸ਼ ਹੈ ਵੀ ਚਾਰੇ ਧਰਮ ਦੇ ਲੋਕ
ਉੱਚਾ ਨੀਵਾਂ ਤਕੜਾ ਮਾੜਾ ਗਰੀਬ ਅਮੀਰ ਸਭ ਨੂੰ ਇੱਕੋ ਜਿਹਾ ਉਪਦੇਸ਼ ਦੀ ਦਾਤ ਪ੍ਰਾਪਤ ਹੁੰਦੀ ਹੈ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਪਾਵਨ ਸਥਾਨ ਹੈ ਜਿਹੜਾ ਅੰਮ੍ਰਿਤਸਰ ਦੇ ਵਿੱਚ ਹਰ ਮੰਦਰ ਮੈਂ ਕੰਚਨੀ ਰੱਖੇ ਉਸ ਸਥਾਨ 'ਤੇ ਨਾ ਜਿਹੜੇ ਤੁਰਕ ਨੇ ਤੁਰਕਾਂ ਨੇ ਬਹੁਤ ਵੱਡਾ ਮਰਿਆਦਾ ਦਾ ਘਾੜ ਕੀਤਾ ਹੋਇਆ ਜਿੱਥੇ ਕਦੇ ਪੰਚਮ ਪਾਤਸ਼ਾਹ ਗਰੀਬ ਨਿਵਾਜ ਸਤਿਗੁਰਾਂ ਨੇ ਗੁਰੂ ਕੀ ਬਾਣੀ ਦਾ ਪ੍ਰਕਾਸ਼ ਕਰਕੇ 24 ਘੰਟੇ ਅਲਾਹੀ ਬਾਣੀ ਦਾ ਖਰਜਾ ਸੰਕੀਰਤਨ ਹੋਇਆ ਕਰਦਾ ਸੀ ਜਿਸ ਦੇ ਦਰਸ਼ਨ ਕਰਨ ਦੇ ਨਾਲ ਭਾਈ ਮਹਿਤਾਬ ਸਿੰਘ ਉੱਥੋਂ ਕੀਰਤਨ ਸੁਣਦੇ ਨਾਲ ਦਰਸ਼ਨ ਕਰਨਾ ਚਿੱਤ ਨੂੰ ਸਕੂਨ ਮਿਲਦਾ ਸੀ ਨਾ ਜਿਸ ਸਥਾਨ ਤੋਂ ਉੱਥੇ ਤੁਰਕਾਂ ਨੇ ਕੀ ਕੀਤਾ ਹੋਇਆ ਕੰਜਰੀ ਰੱਖੀ ਹੈ ਉਹਦਾ ਨਾਚ ਕਰਾਉਂਦੇ ਹੈ ਸਾਰਾ ਗੁਰੂ ਕਾ ਪੰਥ ਹੁਣ ਉੱਥੇ ਘੁੰਮਣਾ ਜਿਹੜੀ ਨਹੀਂ ਪੈਂਦਾ ਦੂਰ ਦੂਰ ਸਾਰੇ ਖਾਲਸੇ ਨਿਕਲ ਗਏ ਨੇ ਅਤੇ ਤੁਰਕ ਹੁਣ ਆਪਾਂ ਨੂੰ ਵਿਗਾੜਦੇ ਪਏ ਨੇ ਅੰਮ੍ਰਿਤਸਰ ਦੀ ਧਰਤੀ 'ਤੇ ਕੰਜਰੀਆਂ ਲਿਆ ਕਰਕੇ ਉਹਨਾਂ ਦੇ ਨਾਚ ਕਰਾਉਣੇ ਅਤੇ ਉੱਥੇ ਜਾ ਕਰਕੇ ਅਸ਼ਲੀਲ ਗਾਣੇ ਬੋਲਦੇ ਨੇ ਬਹੁਤ ਵੱਡਾ ਭਾਰੀ ਜਿਹੜਾ ਗੁਰੂ ਕੀ ਮਰਿਆਦਾ ਦਾ ਕਾਣ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕਰ ਰਹੇ ਤੁਰਕ ਲੋਕ ਤੁਰਕਣ ਕੇ ਸਰਦਾਰ ਇਹ ਕਰ ਕੌਣ ਰਿਹਾ ਹੈ ਭਾਈ ਮਹਿਤਾਬ ਸਿੰਘ ਨੇ ਜਦੋਂ ਪੁੱਛਿਆ ਨਾ ਤੇ ਗੁਰੂ ਕਾ ਸਿੰਘ ਦੱਸਦਾ ਵੀ ਜਿਹੜਾ ਤੁਰਕਾਂ ਦਾ ਸਰਦਾਰ ਹੈ ਉਹਦਾ ਨਾਂ ਕੀ ਹੈ ਖਾਲਸਾ ਜੀ ਇਹ ਵੀ ਦੱਸਣਾ ਕਰੋ ਮੰਡਿਆਲੀ ਕੋ ਰੰਗੜੋ ਅਤੇ ਫਿਰ ਗੁਰੂ ਕਾ ਸਿੰਘ ਦੱਸਦਾ ਵੀ ਭਾਈ ਮਹਿਤਾਬ ਸਿੰਘ ਜੀ ਜਿਹੜਾ ਤੁਰਕਾਂ ਦਾ ਸਰਦਾਰ ਹੈ ਨਾ ਜਕਰੀਆ ਖਾਨ ਦਾ ਉਹ ਮੰਡਿਆਲਾ ਪਿੰਡ ਹੈ ਅੰਮ੍ਰਿਤਸਰ ਤੋਂ ਜਦੋਂ ਆਪਾਂ ਤਰਨ ਤਾਰਨ ਨੂੰ ਜਾਈਏ ਸੋ ਜਿੱਥੇ ਮਹਾਨ ਅਮਰ ਸ਼ਹੀਦ ਬਾਬਾ ਨੌਤ ਸਿੰਘ ਸਾਹਿਬ ਜੀ ਦਾ ਪਾਵਨ ਸਥਾਨ ਹੈ ਉਸ ਤੋਂ ਅੱਗੇ ਚੱਬਾ ਨਗਰ ਅਤੇ ਚੱਬੇ ਤੋਂ ਸੱਜੇ ਹੱਥ ਨੂੰ ਮੁੜੀਏ ਅਤੇ ਮੰਡਿਆਲਾ ਪਿੰਡ ਆਉਂਦਾ ਥੋੜ੍ਹਾ ਜਿਹਾ ਦੂਰ ਉੱਥੋਂ ਦਾ ਰਹਿਣ ਵਾਲਾ ਮੱਸਾ ਰੰਗੜ ਹੈ ਉਹਨੂੰ ਅੰਮ੍ਰਿਤਸਰ ਦੇ ਲਾਗੇ ਦੇ ਸਾਰੇ ਤੁਰਕਾਂ ਦਾ ਸਰਦਾਰ ਬਣਾਇਆ ਜਕਰੀਆ ਖਾਨ ਨੇ ਉਹ ਮੱਸਾ ਰੰਗੜ ਜਿਹੜਾ ਮੰਡਿਆਲੇ ਪਿੰਡ ਦੇ ਰਹਿਣ ਵਾਲਾ ਉਹ ਸਾਰਾ ਕੁਝ ਕਰ ਰਿਹਾ ਹੈ ਉਹ ਗੁਰੂ ਕੇ ਖਾਲਸੇ ਦੇ ਤਾਂ ਹੀ ਹਰ ਰੋਜ਼ ਵਿਗਾੜਦਾ ਰਹਿੰਦਾ ਹਾਂ ਮੱਸਾ ਤਾਂ ਕੋ ਨਾਮ ਉਹਨੂੰ ਲਾਗੇ ਦੇ ਵਿੱਚ ਰਹਿਣ ਵਾਲੇ ਪਿੰਡਾਂ ਦੇ ਲੋਕ ਮੱਸਾ ਰੰਗੜ ਕਰਕੇ ਜਾਣਦੇ ਹਨ ਕਰੇ ਬੇਅਦਬੀ ਹਰ ਮੰਦਰ ਉਹ ਜਿਹੜਾ ਮੱਸਾ ਰੰਗੜ ਹੈ ਨਾ ਤੁਰਕ ਪਾਪੀ ਦੁਸ਼ਟ ਉਹ ਭਾਈ ਮਹਿਤਾਬ ਸਿੰਘ ਜੀ ਅੰਮ੍ਰਿਤਸਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਬੇਅਦਬੀ ਕਰ ਰਿਹਾ ਸੋ ਉੱਥੇ ਲਾ ਕਰਕੇ ਕੰਜਰੀਆਂ ਦਾ ਨਾਚ ਕਰਾਉਂਦਾ ਹੈ ਉੱਥੇ ਤਰ੍ਹਾਂ ਤਰ੍ਹਾਂ ਦੇ ਨਸ਼ਿਆਂ ਦਾ ਸੇਵਨ ਕਰਕੇ ਬੰਦੇ ਚੰਗੇ ਗੀਤ ਬੁਲਾ ਕਰਕੇ ਉੱਥੇ ਝੂਲਦਾ ਰਹਿੰਦਾ ਮਸਤੀ ਕਰਦਾ ਵਿੱਚ ਬੈਠ ਕਰਕੇ ਹਰਿਮੰਦਰ ਦੇ ਪਾਪੀ ਬੜੋ ਹਰਾਮ ਏਡਾ ਜ਼ਿਆਦੀ ਹਰਾਮ ਦੀ ਵੀ ਖੱਦ ਲੰਘ ਗਿਆ ਮੱਸਾ ਲੰਘੜਾ ਉਹ ਕੋਈ ਸ਼ਰਮ ਨਹੀਂ ਕਰਦਾ ਕੋਈ ਉਹ ਡਰ ਨਹੀਂ ਕੋਈ ਪਰਵਾਹ ਨਹੀਂ ਉਹ ਗੁਰੂ ਕੇ ਖਾਲਸੇ ਨੂੰ 24 ਘੰਟੇ ਵਿਗਾੜਦਾ ਹੈ ਸੋ ਅਸੀਂ ਤਾਂ ਇਹ ਸਾਰਾ ਕੁਝ ਚੋਰੀ ਛੱਪੀ ਜਾ ਕਰਕੇ ਸੂਹਾਂ ਭੇਜ ਕਰਕੇ ਸੁਣਿਆ ਵੀ ਹੈ ਇਹਨੂੰ ਲਾਗਿਓ ਜਾ ਕਰਕੇ ਤੱਕਣ ਦਾ ਵੀ ਯਤਨ ਕੀਤਾ ਪਰ ਉੱਥੇ ਕੀਤਾ ਕੁਝ ਨਹੀਂ ਜਾ ਸਕਦਾ ਸਰਦਾਰਾ ਉਹਦਾ ਚਾਰ ਚਫੇਰਾ ਚਾਰੇ ਦਿਉੜੀਆਂ ਉਹ ਤੁਰਕਾਂ ਦੇ ਪਹਿਰੇਦਾਰ 7-7 ਫੁੱਟ ਲੰਮੇ ਜਵਾਨ ਹੱਥਾਂ ਦੇ ਵਿੱਚ ਬਰਸ਼ੇ ਲੈ ਕਰਕੇ ਅਤੇ ਪਹਿਰੇਦਾਰੀ ਕਰਦੇ ਨੇ ਮੱਸੇ ਲੰਘੜ ਦੀ
ਹਰ ਰੋਜ਼ ਕੋਈ ਨਾ ਕੋਈ ਨਵੀਂ ਤੋਂ ਨਵੀਂ ਕੰਜਰੀ ਉੱਥੇ ਲਿਜਾ ਕਰਕੇ ਨਚਾਈ ਜਾਂਦੀ ਹੈ। ਉੱਥੇ ਜਾ ਕਰਕੇ ਢੋਲਕੀਆਂ ਵਾਲੇ, ਦੂਜੇ ਤਾਲ ਲਾਉਣ ਵਾਲੇ ਸਾਰੇ ਜਾ ਕਰਕੇ ਬੈਠ ਜਾਂਦੇ ਨੇ, ਤੇ ਕੁਝ ਖਾਸ ਬੰਦਿਆਂ ਦਾ ਬੈਠ ਕਰਕੇ ਕੁਕਰਮ ਕਰਦਾ ਹੈ। ਮਹਤਾਬ ਸਿੰਘ ਸੁਣ ਗੁੱਸਾ ਖਾਇਆ, ਇਹ ਸਾਰਾ ਕੁਝ ਸੁਣ ਕਰਕੇ ਤੇ ਭਾਈ ਮਹਿਤਾਬ ਸਿੰਘ ਦੇ ਨੇਤਰਾਂ ਦੇ ਵਿੱਚ ਖੂਨ ਆ ਗਿਆ, ਡੌਲੇ ਫੜਕਦੇ ਨੇ। ਇੰਨਾ ਜ਼ਿਆਦਾ ਸਰੀਰ ਦੇ ਵਿੱਚ ਜੋਸ਼ ਆਇਆ ਕਿ ਨੇਤਰਾਂ 'ਚ ਖੂਨ ਧੁਰਾਇਆ ਹੈ। ਜਨ ਕਰ ਬਿੱਛੂ ਡੰਗ 'ਚ ਲਗਾਇਆ, ਨੇਤਰਾਂ ਮਾਰੋ ਇਹੋ ਜਿਹੀ ਤੜਫ ਸਰੀਰ ਦੇ ਵਿੱਚ ਪਈ ਜਿਵੇਂ ਕਿਤੇ ਜ਼ਹਿਰੀਲੇ ਸੱਪ ਨੇ ਡੰਗ ਮਾਰ ਦਿੱਤਾ ਹੋਵੇ। ਇੰਨਾ ਜ਼ਿਆਦਾ ਸਰੀਰ ਤੜਫਿਆ ਜਿਵੇਂ ਸੱਪ ਡੰਗ ਮਾਰਦਾ ਅਤੇ ਇਨਸਾਨ ਤੜਫਦਾ ਨਾ ਡੰਗ ਮਾਰਨ ਤੋਂ, ਇਸੇ ਤਰ੍ਹਾਂ ਤੜਫਿਆ। ਇੰਨੇ ਸਰੀਰ ਦੇ ਵਿੱਚ ਦੁੱਖ ਮਹਿਸੂਸ ਕੀਤਾ ਵੀ ਹੇ ਕਲਗੀਆਂ ਵਾਲੇ ਦਸ਼ਮੇਸ਼ ਪਿਤਾ ਸਤਿਗੁਰੂ ਜੀ, ਇਹ ਕਿਹੋ ਜਿਹੇ ਹਾਲਾਤ ਜਿਹੜੇ ਪੰਥ ਦੇ ਹੁਣ ਪੈਦਾ ਹੋਏ ਹਨ। ਕਹਿਓ ਸਿੰਘ ਉਹਾਂ ਸਿੰਘ ਕੋ ਨਾਹੀ, ਅਤੇ ਬੜੇ ਜੋਸ਼ ਦੇ ਵਿੱਚ ਆ ਕੇ ਬੜੇ ਗੁੱਸੇ ਦੇ ਨਾਲ ਆ ਕੇ ਕਿਹਾ ਵੀ ਸੱਜਣੋ, ਕਿਤੇ ਇਹੋ ਜਿਹੀ ਹਰਿਮੰਦਰ ਦੀ ਬੇਅਦਬੀ ਹੋਵੇ ਜਿੱਥੇ ਚਾਰੇ ਧਰਮ ਦੇ ਵਰਨਾਂ ਨੂੰ ਸਾਰਿਆਂ ਨੂੰ ਉਪਦੇਸ਼ ਮਿਲਦਾ ਹੋਵੇ, ਉਸ ਸਥਾਨ ਦੀ ਬੇਅਦਬੀ ਹੋ ਰਹੀ ਹੋਵੇ, ਤੇ ਗੁਰੂ ਕਾ ਸਿੰਘ ਉੱਥੋਂ ਕਿਵੇਂ ਚੱਲ ਕਰਕੇ ਤੁਸੀਂ ਮੇਰੇ ਕੋਲ ਆ ਜਾਓ, ਤੁਹਾਨੂੰ ਤਾਂ ਜਾਨਾਂ ਨਿਸ਼ਾਵਰ ਕਰ ਦੇਣੀਆਂ ਚਾਹੀਦੀਆਂ ਸਨ। ਉੱਥੇ ਕੋ ਗੁਰੂ ਕਾ ਖਾਲਸਾ ਕੋ ਗੁਰੂ ਕਾ ਪੰਥ ਲਾ ਕੇ ਬੰਨੇ ਨਜ਼ਰ ਨਹੀਂ ਆਇਆ ਕਿਸੇ ਨੇ, ਸਾਰਾ ਵੇਖ ਕਿਵੇਂ ਲਿਆ ਸੀਸ ਨਾ ਤਾਂ ਕੋ ਤੜਿਓ ਤਾਂ ਹੀ। ਅਤੇ ਹੁਣ ਕਿਹੜਾ ਉੱਥੇ ਖਾਲਸਾ ਰਹਿੰਦਾ ਹੈ ਜਿਹਨੇ ਆਪਣੀ ਅੱਖਾਂ ਨਾਲ ਵੇਖ ਕਰਕੇ ਮੈਨੂੰ ਖਬਰ ਦਿੱਤੀ ਹੈ, ਪਰ ਤੁਹਾਡਾ ਫਰਜ਼ ਬਣਦਾ ਸੀ ਵੀ ਗੁਰੂ ਕੇ ਸਿੰਘ ਉੱਥੇ ਮੱਸੇ ਰੰਗੜ ਦਾ ਜਿਹੜਾ ਸਿਰ ਹੈ ਉਹਨੂੰ ਧੜ ਦੇ ਨਾਲ ਵੱਖਰਾ ਕਰ ਦਿੰਦੇ, ਉਹਦਾ ਸਿਰ ਜਿਹੜਾ ਉਹ ਲਾਹ ਦੇਣਾ ਚਾਹੀਦਾ ਸੀ ਇਹੋ ਜਿਹੇ ਦੁਸ਼ਟ ਪਾਪੀ ਦਾ। ਕਿਆ ਸਿੰਘਣ ਤੇ ਸੱਤ ਗਏ ਦੂਰ, ਅਤੇ ਨਾਲ ਵਿਗਾਰਨਾ ਕੀਤਾ ਗੁਰੂ ਕੇ ਖਾਲਸੇ ਨੂੰ ਵੀ ਕਾਹਦੇ ਤੁਸੀਂ ਖਾਲਸੇ ਹੋ, ਕੀ ਫਾਇਦਾ ਹੈ ਉੱਥੇ ਅੰਮ੍ਰਿਤਸਰ ਦੇ ਲਾਗੇ ਬੰਨੇ ਰਹਿਣ ਦਾ, ਤੁਹਾਡੇ ਵਿੱਚ ਇੰਨਾ ਵੀ ਸਾਹ ਸੱਤ ਨਹੀਂ ਰਿਹਾ, ਤੁਹਾਡੇ ਵਿੱਚ ਇੰਨਾ ਵੀ ਬਲ ਨਹੀਂ ਰਿਹਾ ਕਿ ਤੁਸੀਂ ਸਾਰਾ ਕੁਝ ਵੇਖ ਕੇ ਅਨਡਿੱਠ ਕਰ ਗਏ ਹੋ। ਕਿਆ ਸਿੰਘਣ ਪ੍ਰਖਾਰਤ ਭਇਓ ਪੂਰ, ਅਤੇ ਕੀ ਹੁਣ ਜਿਹੜਾ ਖਾਲਸੇ ਦਾ ਪਹਿਲਾ ਬਲ ਸੀ, ਪਹਿਲਾ ਜ਼ੋਰ ਸੀ, ਉਹ ਰਿਹਾ ਨਹੀਂ, ਹੋ ਕੀ ਗਿਆ ਹੈ, ਕਿਹੋ ਜਿਹੇ ਹੋ ਗਏ ਗੁਰੂ ਕੇ ਪੰਥ, ਕਿਹੋ ਜਿਹੇ ਨੌਜਵਾਨ ਸਾਡੇ ਸੂਰਮੇ ਜੁਝਾਰੂ ਕਿੱਥੇ ਜਾ ਕੇ ਛੁਪ ਗਏ ਹਨ। ਤਾਬ ਉਸ ਸਿੰਘ ਬਚਨ ਪਲਟਾਇਓ, ਫਿਰ ਖਾਲਸਾ ਜੀ ਉਹਨੂੰ ਸਮਾਂ ਜਿਹੜਾ ਬੜਾ ਭਲਾ ਬੰਦ ਸੀ, ਅੱਜ ਕੱਲ੍ਹ ਤਾਂ ਕਿਸੇ ਨੂੰ ਨਿੱਕਾ ਮੋਟਾ ਕੋਈ ਅਹੁਦਾ ਦੇ ਦਈਏ ਤੇ ਉਸ ਦਾ ਸਿਰ ਨੂੰ ਪੈਂਦਾ ਹੈ। ਉਦੋਂ ਭਾਈ ਮਹਿਤਾਬ ਸਿੰਘ ਦੇ ਅੱਗੇ ਉਸ ਸੂਰਮੇ ਨੇ ਕਿਹਾ ਵੀ ਗੁਰੂ ਕੇ ਸਿੱਖਾਂ, ਸਾਡਿਆਂ ਸਰਦਾਰਾਂ ਦਰਨੀਲਾ ਤੇਰੀਆਂ ਸਾਰੀਆਂ ਗੱਲਾਂ ਸੁਣਨੀਆਂ, ਜੇ ਤੈਨੂੰ ਆਣ ਕੇ ਸੁਨੇਹਾ ਨਾ ਦਿੰਦੇ, ਪੰਥ ਨੂੰ ਆਣ ਕੇ ਖਬਰ ਨਾ ਦਿੰਦੇ, ਦੋ ਚਾਰ ਸਿੱਖ ਉੱਥੇ ਸ਼ਹੀਦ ਹੋ ਜਾਂਦੇ ਤੇ ਕਿਸੇ ਨੂੰ ਬਹੁਤਾ ਚਿਰ ਪਤਾ ਨਹੀਂ ਸੀ ਲੱਗਣਾ, ਇਹ ਧਰਮ ਸਥਾਨ ਦੀ ਬੇਅਦਬੀ ਹੋਰ ਲੰਮਾ ਸਮਾਂ ਹੋ ਰਹੀ ਸੀ। ਵੇਖ ਕਰਕੇ ਯਤਨ ਕੀਤਾ ਹੈ ਵੀ ਮੈਂ ਗੁਰੂ ਕੇ ਪੰਥ ਦੇ ਗੁਰੂ ਕੇ ਖਾਲਸੇ ਦੇ ਕੰਨਾਂ ਵਿੱਚ ਆਵਾਜ਼ ਪਾਵਾਂ ਕਿ ਮੱਸਾ ਰੰਗੜ ਦੁਸ਼ਟ ਇੱਕ ਕਰਮ ਕਰ ਰਿਹਾ ਹੈ, ਪਰ ਅੱਗੋਂ ਹੁਣ ਮੈਂ ਤੈਨੂੰ ਬਚਨ ਕਰਦਾ, ਤੇਰਾ ਬਚਨ ਭਾਈ ਮਹਿਤਾਬ ਸਿੰਘ ਮੈਂ ਰੋਕਿਆ ਹੈ। ਕਿਆ ਤੈਂ ਨੱਠ ਨਹਿ ਪੁਰਖ ਗਵਾਇਓ, ਕਹਿਣ ਲੱਗਾ ਗੁਰੂ ਕਾ ਸਿੰਘ ਵੀ ਭਾਈ ਮਹਿਤਾਬ ਸਿੰਘ ਤੂੰ ਸਾਡਾ ਜਰਨੈਲ ਸੀ
ਤੇਰੀ ਕਮਾਂਡ ਦੇ ਵੱਲ ਥੱਲੇ ਅਸੀਂ ਬੜੇ ਵੱਡੇ ਵੱਡੇ ਕੌਮੀ ਮਾਰ ਕੇ ਮਾਰੇ, ਪਰ ਜਦੋਂ ਤੂੰ ਸਾਡਾ ਸੂਰਮਾ ਏ, ਤੂੰ ਸਾਡਾ ਜਰਨੈਲ ਏ, ਆਪਣੀ ਜਾਨ ਬਚਾਉਣ ਦੀ ਖਾਤਰ ਕਿੱਥੇ ਚੱਲ ਕਰਕੇ ਕਿੱਥੇ ਪੰਜਾਬ ਦੀ ਧਰਤੀ ਅੰਮ੍ਰਿਤਸਰ ਦਾ ਸਥਾਨ ਉਹ ਸਥਾਨ ਛੱਡ ਕਰਕੇ ਆਪ ਤੂੰ ਹੀ ਜਾਨ ਬਚਾਉਣ ਖਾਤਰ ਹੀ ਇੱਥੇ ਆਇਆ ਹੈ ਨਾ। ਜਿਵੇਂ ਤੂੰ ਚੱਲ ਕਰਕੇ ਵੇਖ ਕਰਕੇ ਸਾਰਾ ਮਾਹੌਲ ਆਪਣੀ ਜਾਨ ਬਚਾਈ ਹੈ, ਇਸੇ ਤਰ੍ਹਾਂ ਹੀ ਉੱਥੋਂ ਦੇ ਹਾਲਾਤ ਬਣੇ ਨੇ, ਸਾਰੇ ਆਪੋ ਆਪਣੀ ਜਾਨ ਹੀ ਬਚਾ ਰਹੇ ਹਨ। ਤੁਮ ਮਰਨੇ ਤੇ ਨਾਠਣ ਹੈ ਆਏ। ਇਹ ਹੁਣ ਗੁਰੂ ਕੇ ਖਾਲਸੇ ਨੂੰ ਦੱਸਣਾ ਕਰ ਕਿ ਤੂੰ ਆਪਣੀ ਜਾਨ ਬਚਾਉਣ ਦੀ ਖਾਤਰ ਆਇਆ ਕਿ ਜਾਂ ਵੈਸੇ ਖੁਸ਼ੀ ਦੇ ਨਾਲ ਹੀ ਇੱਧਰ ਨੂੰ ਚੜ ਕੇ ਆ ਗਿਆ ਹੈ। ਇੱਥੇ ਖਾਲਸੇ ਦੀ ਕੀ ਸਾਂਝ ਸੀ, ਇੱਥੇ ਖਾਲਸਾ ਲੈਣ ਕੀ ਆਇਆ? ਸਾਨੂੰ ਤੂੰ ਕਹਿ ਦਿੱਤਾ ਹੈ ਵੀ ਉੱਥੋਂ ਕਿਉਂ ਚੱਲ ਕੇ ਇੱਥੇ ਆਏ ਤੇ ਤੁਸੀਂ ਕਿਉਂ ਆਏ ਹੋ? ਇਸ ਤਰ੍ਹਾਂ ਫਿਰ ਗੁਰੂ ਕੇ ਸਿੰਘਾਂ ਨੇ ਆਪਸ ਵਿੱਚ ਵਚਨ ਬਿਲਾਸ ਹੋਏ। ਉਨਕੇ ਦੇਤ ਉਲਾਂਬਾ ਕਾਹੇ। ਅਤੇ ਜਿਹੜੇ ਉੱਥੇ ਰਹਿਣ ਵਾਲੇ ਨੇ, ਜਿਨ੍ਹਾਂ ਨੇ ਇੰਨਾ ਸਫ਼ਰ ਤੈਅ ਕਰਕੇ ਆਣਗੇ ਤੁਹਾਨੂੰ ਇੱਥੇ ਨੌਕਰੀਆਂ ਕਰਦਿਆਂ ਰਾਜਿਆਂ ਦੀ ਫੌਜ ਦੇ ਵਿੱਚ ਰਹਿੰਦਿਆਂ ਸੁਨੇਹਾ ਦਿੱਤਾ ਹੈ, ਤਾਂ ਸਾਡਾ ਕਸੂਰ ਕੀ ਹੈ? ਸਾਡੀ ਕੀ ਗਲਤੀ ਹੈ? ਸਾਡਾ ਕੀ ਗੁਨਾਹ ਹੈ? ਜਿਹੜੇ ਉੱਥੇ ਸਿੱਖ ਰਹਿੰਦੇ ਨੇ ਉਹਨਾਂ ਨੂੰ ਜਾ ਕਰਕੇ ਭਾਈ ਮਹਿਤਾਬ ਸਿੰਘ ਪੁੱਛ, ਉੱਥੇ ਜਗਰੀਆ ਖਾਨ ਨੇ ਕਿਹੋ ਜਿਹਾ ਸਮਾਂ ਬਣਾ ਦਿੱਤਾ ਹੈ, ਉੱਥੇ ਮੱਸੇ ਲੰਘਣ ਵਰਗੇ ਦਿਨ ਦੀਵੀ ਹੜਤਾਲ ਮਚਾ ਰਹੇ ਹਨ। ਤੋਮਾ ਭੱਜ ਤੁਰਕਣ ਪ੍ਰਾਣ ਬਚਾਏ। ਅਤੇ ਜਿਵੇਂ ਤੂੰ ਤੁਰਕਾਂ ਤੋਂ ਜਾ ਕਰਕੇ ਇੱਥੇ ਭੱਜ ਕੇ ਦੂਰ ਆ ਕੇ ਬੈਠ ਕੇ ਆਪਣੇ ਪ੍ਰਾਣ ਜਾਨ ਬਚਾਈ ਹੈ, ਤੁਮਰੇ ਜੈਸੇ ਸਭ ਹੋਏ ਭਏ। ਅਤੇ ਤੇਰੇ ਵਰਗੇ ਸੀ ਨਾ ਜਿਹੜੇ ਨਾਲ ਹੋਰ, ਤੇ ਜਦੋਂ ਪੰਥ ਕੱਤਰ ਸੀ ਤੇ ਤੇਰੇ ਵਰਗੇ ਸੀ ਸਾਰੇ, ਜਿਹੜੇ ਪੰਥ ਦੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਸਨ, ਜਿਹੜੇ ਯੁੱਧ ਵੀ ਕਰਿਆ ਕਰਦੇ ਸੀ, ਜੰਗ ਵੀ ਕਰਦੇ ਸੀ, ਕਈ ਕੌਮੀ ਕਾਰਜ ਵੀ ਕਰਦੇ ਸੀ, ਪਰ ਹੁਣ ਸਮਾਂ ਹੀ ਇਹੋ ਜਿਹਾ ਬਣ ਗਿਆ। ਸਾਰਾ ਪੰਥ ਇਕਰਾ ਮਹਿਤਾਬ ਸਿੰਘ ਜੀ ਦੂਰ ਦੁਰਾਡੇ ਦੇਸ਼ਾਂ ਦੇ ਵਿੱਚ ਨਿਕਲ ਗਿਆ। ਮਰਨੋਂ ਡਰ ਕੇ ਸਭ ਨੱਠ ਗਏ। ਸਾਰੇ ਆਪੋ ਆਪਣੀ ਜਾਨ ਬਚਾਉਂਦੇ ਮੌਤ ਤੋਂ ਡਰਦੇ ਸਾਰੇ ਭੱਜ ਗਏ ਹਨ। ਸਿੰਘ ਕੋ ਦ੍ਰਿਸ਼ਟ ਨਾ ਪਏ। ਉੱਥੇ ਤਾਂ ਹੁਣ ਮਹਿਤਾਬ ਸਿੰਘ ਦੇ ਦਰਸ਼ਨ ਕਰਨੇ ਵੀ ਬੜੇ ਔਖੇ ਹੋਏ ਪਏ ਨੇ। ਅੰਮ੍ਰਿਤਸਰ ਦਾ ਲਾਗਾ ਬੰਨਾ ਲਾਹੌਰ ਤੇ ਅੰਮ੍ਰਿਤਸਰ ਗੁਰੂ ਕੇ ਖਾਲਸੇ ਦਾ ਗੜ੍ਹ ਮੰਨਿਆ ਜਾਂਦਾ ਸੀ। ਇੱਥੇ ਬਹੁਤ ਵੱਡੀ ਭਾਰੀ ਗਿਣਤੀ ਦੇ ਵਿੱਚ ਪੰਥ ਵਿਚਰਦਾ ਰਹਿੰਦਾ ਸੀ, ਪਰ ਹੁਣ ਹਾਲਾਤ ਇਹੋ ਜਿਹੇ ਬਣ ਗਏ ਵੀ ਉੱਥੇ ਸਿੰਘਾਂ ਨੂੰ ਵੇਖਣ ਵਾਸਤੇ ਵੀ ਨੇਤਰ ਜਿਹੜੇ ਤਰਸਦੇ ਨੇ। ਇਹੋ ਜਿਹਾ ਮਾਹੌਲ ਬਣਾ ਦਿੱਤਾ, ਉੱਥੇ ਰੰਗਣ ਮੜਿਆਲ ਗਏ ਨੇ। ਉਹਾਂ ਸਿੰਘ ਕੋ ਸੁਣੀਅਤ ਨਾਹੀਂ। ਉੱਥੇ ਤਾਂ ਹੁਣ ਕੋਈ ਸਿੰਘ ਦਾ ਨਾਂ ਸੁਣ ਕੇ ਨਹੀਂ ਕੁਛ ਵੀ, ਕੋਈ ਸਿੰਘ ਦਾ ਨਾਂ ਵੀ ਸੁਣ ਲਵੇ, ਨਾਂ ਸੁਣ ਤੋਂ ਵੀ ਗਰੇਜ਼ ਕਰਨ ਲੱਗ ਪਏ ਲੋਕ। ਇਹੋ ਜਿਹਾ ਸਾਰਾ ਮਾਹੌਲ ਬਣ ਗਿਆ। ਕਰਤ ਮਸਕਰੀ ਸਿੰਘਣ ਤਾਈ। ਹੁਣ ਜਿਹੜੇ ਤੁਰਕਾਂ ਨੇ, ਤੁਰਕਾਂ ਦੀ ਹਕੂਮਤ ਨੇ, ਜਿਹੜੇ ਲੋਕ ਖਰੀਦੇ ਹੋਏ ਸਨ ਨਾ, ਜਿਹਨਾਂ ਨੂੰ ਚੌਧਰਾਂ ਦਿੱਤੀਆਂ ਜਗੀਰਾਂ ਦਿੱਤੀਆਂ ਸੀ, ਉਹ ਲੋਕ ਹੁਣ ਜਿੱਥੇ ਕਿਤੇ ਖਾਲਸਾ ਮਿਲ ਵੀ ਪੈਂਦਾ ਤਾਂ ਉਹਨੂੰ ਬਸ਼ਕਰੀਆਂ ਕਰਦੇ, ਉਹਨੂੰ ਟਿੱਚਰਾਂ ਕਰਦੇ ਵੀ ਹੁਣ ਤੁਹਾਡੇ ਦੁਬਾਲਿਆਂ ਵਾਲੇ ਸਿੰਘ ਕਿੱਧਰ ਗਏ, ਕਦੇ ਨਜ਼ਰ ਹੀ ਨਹੀਂ ਆਏ। ਹੁਣ ਤੁਹਾਡੇ ਚੰਦ ਤੋੜੇ ਵਾਲੀਆਂ ਫੌਜਾਂ ਕਿੱਧਰ ਗਈਆਂ, ਹੁਣ ਕਦੇ ਗੁਰੂ ਕੇ ਸਿੰਘਾਂ ਦਾ ਚਕਾਰਾ ਹੀ ਨਹੀਂ ਸੁਣਿਆ, ਤੁਹਾਡਾ ਪੰਥ ਕਿੱਥੇ ਰਹਿੰਦਾ? ਜੇ ਕੋਈ ਭੁੱਲ ਭੁਲੇਖੇ ਕੋਈ ਗੁਰੂ ਕਾ ਸਿੰਘ ਕਿਸੇ ਨਗਰ 'ਚ ਵੜ ਜਾਵੇ ਨਾ, ਤਾਂ ਉੱਥੋਂ ਦੇ ਲੋਕ ਹੀ ਹੁਣ ਜਿਹੜੇ ਚੌਧਰ ਦੇ ਭੁੱਖੇ ਸੀ, ਜਿਹੜੇ ਤੁਰਕ ਦੀ ਹਕੂਮਤ ਦੇ ਅੱਗੇ ਵੇਖ ਗਏ ਨੇ, ਉਹ ਪਿਚਰਾਂ ਕਰਦੇ,
ਉੱਥੇ ਰਹਿਣਾ ਬੜਾ ਮਹਿਤਾਬ ਸਿੰਘ ਔਖਾ ਹੋਇਆ ਹੈ। ਨਵਾਬ ਪੰਥ ਸਭ ਦਿਓ ਗਵਾਈ। ਹੁਣ ਤਾਂ ਸੱਤਾਂ ਦੇ ਵਿੱਚ ਬਹਿ ਬਹਿ ਕੇ ਲੋਕ ਗੱਲਾਂ ਕਰਦੇ ਹੈ ਕਿ ਜ਼ਕਰੀਆ ਖਾਨ ਦੇ ਅੱਗੇ ਜਿਹੜਾ ਪੰਥ ਸੀ ਗੁਰੂ ਘਰ ਟੇਕ ਨਹੀਂ ਸਕਿਆ। ਉਹ ਸਾਰੇ ਲੋਕ ਕਹਿੰਦੇ ਵੀ ਇਹੋ ਜਿਹਾ ਖਾਨ ਬਹਾਦਰ ਨੂੰ ਚੌਧਰੀ ਨਹੀਂ ਮਿਲਦਾ, ਮੱਸੇ ਲੰਘਣ ਵਰਗਾ ਸਰਦਾਰ ਨਹੀਂ ਮਿਲਦਾ, ਜਿਸ ਮੱਸੇ ਲੰਘਣ ਨੇ ਇੰਨੀ ਦਹਿਸ਼ਤ ਪਾਈ ਹੈ ਵੀ ਜਾ ਕਰਕੇ ਇਹਨਾਂ ਦਾ ਧਰਮੀ ਸਥਾਨ 'ਤੇ ਕਬਜ਼ਾ ਕਰ। ਕਿਤੇ ਇਹੋ ਜਿਹੀਆਂ ਗੱਲਾਂ ਵੀ ਲੋਕ ਕਹਿ ਕਹਿ ਕੇ ਹੁਣ ਤਾਂ ਮਿੱਤਰਾਂ ਮਿਹਨੇ ਵੱਜ ਗਏ, ਬੜਾ ਔਖਾ ਹੋ ਗਿਆ ਉੱਥੇ ਰਹਿਣਾ ਜਿਉਣਾ। ਇਹ ਸਾਰਾ ਕੁਝ ਵੇਖ ਕੇ ਅਣਡਿੱਠ ਕੀਤਾ ਵੇਖਿਆ ਵੀ ਨਹੀਂ ਜਾਂਦਾ ਅਤੇ ਮੂੰਹੋਂ ਬੋਲ ਕੇ ਦੱਸਿਆ ਵੀ ਨਹੀਂ ਜਾਂਦਾ ਵੀ ਲੋਕ ਕੀ ਬੋਲਦੇ ਹਨ। ਸਿੰਘ ਸੁਣੀਅਤ ਕਹੂੰ ਜਗ ਮੈਂ ਨਾਹੀਂ। ਅਤੇ ਹੁਣ ਤਾਂ ਸਿੰਘਾਂ ਦਾ ਲਾਗੇ ਬੰਨੇ ਕਦੇ ਨਾਂ ਨਿਸ਼ਾਨ, ਕੋਈ ਗੱਲਬਾਤ, ਕੋਈ ਦੰਗਾ ਫਸਾਦ, ਕੋਈ ਜੰਗ ਯੁੱਧ ਸੁਣਿਆ ਨਹੀਂ ਕਦੇ। ਜੇ ਸਿੰਘ ਨਿਤ ਉੱਠ ਜੰਗ ਮਚਾਹੀ। ਅਤੇ ਜਿਹੜੇ ਸਿੰਘ ਇਹੋ ਜਿਹੇ ਦੁਸ਼ਟਾਂ ਨੂੰ ਸੋਧਿਆ ਕਰਦੇ ਸੀ ਨਾ, ਜਿਹੜੇ ਦੁਸ਼ਟ ਹਰ ਰੋਜ਼ ਗੁਰੂ ਕੇ ਪੰਥ 'ਤੇ ਵਾਰ ਕਰਦੇ ਸੀ, ਉਹਨਾਂ ਦੁਸ਼ਟਾਂ ਨੂੰ ਸੋਧਣ ਵਾਲੇ ਜਿਹੜੇ ਸੂਰਮੇ ਬਹਾਦਰ ਨਾਮ ਖਾਲਸਾ ਸਿੰਘ ਜਪਾਹੀ, ਜਿਨ੍ਹਾਂ ਦਾ ਕਰਕੇ ਗੁਰੂ ਕੇ ਖਾਲਸੇ ਦਾ ਨਾਮ ਚੱਲਦਾ ਸੀ ਕਿ ਕਦੇ ਭਾਈ ਕੋਈ ਇਹੋ ਜਿਹਾ ਕੰਮ ਨਾ ਕਰ ਲਿਓ, ਨਹੀਂ ਤਾਂ ਗੁਰੂ ਕਾ ਖਾਲਸਾ ਚੜ੍ਹ ਕਰਕੇ ਆਵੇਗਾ। ਇਹੋ ਜਿਹੀ ਖਾਲਸਾ ਸਦਾ ਦਿੰਦਾ ਸੀ ਕਿ ਲੋਕਾਂ ਦੇ ਵਿੱਚ ਉੱਥੇ ਲਾਗੇ ਬੰਨੇ ਰਹਿਣ ਵਾਲੇ ਨੂੰ ਪਤਾ ਲੱਗਦਾ ਸੀ ਕਿ ਕਿਸੇ ਦੇ ਨਾਲ ਕੋਈ ਵਧੀਕੀ ਨਹੀਂ ਕਰਨੀ। ਜੇ ਕੋਈ ਇਹ ਗਰੀਬ ਗੁਰੂ ਕੇ ਖਾਲਸੇ ਦੀ ਸ਼ਰਨ ਵਿੱਚ ਚਲਾ ਗਿਆ ਤਾਂ ਸਾਰਾ ਹਿਸਾਬ ਕਿਤਾਬ ਪੂਰਾ ਹੋ ਜਾਏਗਾ। ਸੋ ਜਿਹੜੇ ਲੋਕ ਪਹਿਲਾਂ ਡਰਿਆ ਕਰਦੇ ਸੀ, ਅੱਜ ਤਾਂ ਖਾਲਸੇ ਦਾ ਘੁਨਾ ਲੈਣਾ ਨਹੀਂ ਚਾਹੁੰਦਾ। ਜੇ ਸਿੰਘ ਨਿਤ ਉੱਠ ਸ਼ਬਦ ਉਚਾਰਾ, ਜਿਹੜੇ ਸਿੰਘ ਹਰ ਰੋਜ਼ ਉੱਠ ਕਰਕੇ ਪਹਿਲਾਂ ਅੰਮ੍ਰਿਤ ਵੇਲੇ ਇਸ਼ਨਾਨ ਪਾਨ ਕਰਨਾ, ਗੁਰੂ ਕੀ ਬਾਣੀ ਪੜ੍ਹਨੀ, ਗੁਰੂ ਕੇ ਪਵਿੱਤਰ ਸ਼ਬਦ ਨੂੰ ਵਿਚਾਰਨਾ, ਸੁਣਨਾ, ਪੜ੍ਹਨਾ, ਗੁਰੂ ਕੀ ਬਾਣੀ ਦਾ ਕੀਰਤਨ ਕਰਦੇ ਸਨ। ਲੂਟ ਕੂਟ ਨਿਤ ਤੁਰਕਣ ਮਾਰੇ। ਉਹ ਜਿਹੜੇ ਸਿੰਘ ਸੀ ਨਾ ਤੁਹਾਡੇ ਵੇਲੇ ਰਹਿਣ ਵਾਲੇ, ਤੁਹਾਡੀ ਕਮਾਂਡ ਦੇ ਥੱਲੇ ਜਿਹੜੇ ਤੁਰਕਾਂ ਦੇ ਨਾਲ ਦੋ ਹੱਥ ਕਰਿਆ ਕਰਦੇ ਸੀ ਅਤੇ ਤੁਰਕਾਂ ਦਾ ਖਜ਼ਾਨਾ ਵੀ ਲੁੱਟ ਲਈਦਾ ਸੀ, ਤੁਰਕਾਂ ਨੂੰ ਸੋਧਾ ਵੀ ਲਾ ਦੀ ਸਨ, ਦੁਸ਼ਟਾਂ ਦੀ ਮੱਤ ਵੀ ਟਿਕਾਣੇ ਰੱਖਦੇ ਸਨ। ਉਹ ਜਿਹੜਾ ਸਾਰੇ ਜੰਗੀ ਕਰਤੱਬ ਵਿਖਾਉਣ ਵਾਲਾ ਖਾਲਸਾ ਹੈ। ਜਪ ਤਪ ਸੰਜਮ ਨੇਮ ਕਰਾਵੇ। ਜਪ ਤਪ ਵੀ ਕਰਦਾ ਸੀ, ਗੁਰੂ ਕੀ ਬਾਣੀ ਦਾ ਜਪ ਤਪ ਕਰਨਾ, ਨਿਤਨੇਮ ਕਰਨਾ ਅਤੇ ਬਾਣੀ ਦੇ ਵਿੱਚ ਰਹਿਣਾ, ਮਰਿਆਦਾ ਦੇ ਵਿੱਚ ਰਹਿਣਾ, ਇਹ ਗੁਰੂ ਕੇ ਖਾਲਸੇ ਦਾ ਕਰਮ ਹੁੰਦਾ ਸੀ। ਅੱਜ ਤਾਂ ਆਪਾਂ ਜਿੱਥੇ ਬੈਠ ਕੇ ਨਿਤਨੇਮ ਕਰਨਾ ਹੁੰਦਾ, ਇਹਨਾਂ ਸਥਾਨਾਂ 'ਤੇ ਬਹਿ ਕੇ ਗੁਰੂ ਘਰ ਦਾ ਬਣੇ ਵੀ ਇੱਥੇ ਬੈਠ ਕੇ ਮਸਾਨ ਬਾਣੀ ਪੜ੍ਹੇ ਸੁਣੇ, ਕਥਾ ਕੀਰਤਨ ਸੁਣੇ, ਆਪਣੇ ਜੀਵਨ ਨੂੰ ਸਫਲਾ ਕਰੇ। ਪਰ ਅੱਜ ਕੱਲ੍ਹ ਤਾਂ ਹੋਰ ਹੀ ਦੌਰ ਚੱਲ ਪਿਆ, ਸਾਡਾ ਇਤਿਹਾਸ ਜਿਹੜਾ ਹੈ ਉਹਨੂੰ ਪੜ੍ਹ ਕੇ ਸੁਣ ਕੇ ਕੋਈ ਤਿਆਰ ਹੀ ਨਹੀਂ ਵੀ ਪੜ੍ਹ ਸੁਣ ਕੇ ਮੰਨ ਲਿਆ ਜਾਵੇ। ਸੋ ਧਰਮੀ ਸਥਾਨਾਂ 'ਤੇ ਬੈਠ ਕਰਕੇ ਵੀ ਝਗੜੇ, ਵਾਦ ਵਿਵਾਦ, ਈਰਖਾ, ਵੈਰ, ਵਿਰੋਧ, ਕਾਮ ਕ੍ਰੋਧ, ਇਹੋ ਜਿਹਾ ਮਾਹੌਲ ਬਣ ਗਿਆ ਵੀ ਗੁਰੂ ਕੇ ਸਿੰਘ ਵੀ ਹੁਣ ਤਾਂ ਅੱਜ ਕੱਲ੍ਹ ਫਤਿਹ ਦੀ ਸਾਂਝ ਵੀ ਬੜੀ ਘੱਟ ਹੋ ਗਈ। ਜੇ ਕੋਈ ਫਤਿਹ ਬੁਲਾਉਂਦਾ ਤਾਂ ਉਹ ਵੀ ਖਾਲਸਾ ਫਤਿਹ ਹੋ ਗਿਆ, ਹੁਣ ਤਾਂ ਪੂਰੀ ਫਤਿਹ ਵੀ ਨਹੀਂ ਰਹਿ। ਪਰ ਉਹ ਸਮਾਂ ਖਾਲਸਾ ਜੀ ਚੇਤੇ ਕਰੀਏ, ਕਵੀ ਜੀ ਜ਼ਿਕਰ ਕਰਦੇ ਵੀ ਜਦੋਂ ਖਾਲਸਾ ਛੱਪਾਂ ਦੇ ਵਿੱਚ ਰਹਿੰਦਾ ਸੀ ਨਾ, ਝੱਲਾਂ ਬੂਟਿਆਂ ਦੇ ਵਿੱਚ ਰਹਿਣਾ ਅਤੇ ਝੱਲਾਂ ਬੂਟਿਆਂ ਦੇ ਵਿੱਚ ਵੀ ਰਹਿ ਕਰਕੇ ਅੰਮ੍ਰਿਤ ਵੇਲਾ ਨਹੀਂ ਖੁੰਝਣ ਦੇਣਾ, ਅੰਮ੍ਰਿਤ ਵੇਲੇ ਇਸ਼ਨਾਨ ਕਰਨਾ, ਜਪ ਤਪ ਕਰਨਾ,
ਗੁਰੂ ਕੇ ਸ਼ਬਦ ਦਾ ਗਾਇਨ ਕਰਨਾ, ਸ਼ਬਦ ਸੁਰਤ ਦਾ ਮੇਲ ਕਰਨ ਦਾ ਯਤਨ ਕਰਨਾ, ਜਿੱਥੇ ਵੀ ਸਮਾਂ ਮਿਲਣਾ ਉੱਥੇ ਬੈਠ ਕਰਕੇ ਨਿਤਨੇਮ ਕਰ ਲੈਣਾ, ਬਾਣੀ ਪੜ੍ਹ ਲੈਣੀ, ਸਿਮਰਨ ਕਰ ਲੈਣਾ, ਇਹ ਖਾਲਸੇ ਦਾ ਪਹਿਲਾ ਅੰਮ੍ਰਿਤ ਵੇਲੇ ਦੀ ਮਰਿਆਦਾ ਸੀ। ਇਹ ਜਦੋਂ ਸੌਂ ਕੇ ਉੱਠਣਾ ਇਹ ਖਾਲਸੇ ਦਾ ਕਰਮ ਸੀ। ਅੱਜ ਤਾਂ ਇਹ ਜਿਹੜਾ ਸਾਰਾ ਕਰਮ ਸੀ ਇਹ ਵੀ ਅਸੀਂ ਵਾਦ ਵਿਵਾਦ ਵਿੱਚ ਲੈ ਗਏ। ਕਿਸੇ ਨੇ ਕਹਿ ਤਾ ਵੀ ਨਿਤਨੇਮ ਜਪਜੀ ਸਾਹਿਬ 'ਤੇ ਰਹਿ ਰਿਹਾ ਸੀ, ਕੋਈ ਕਹਿੰਦਾ ਪੰਜ ਬਾਣੀਆਂ ਕਰਨੀਆਂ, ਇਹੋ ਜਿਹੇ ਵਾਦ ਵਿਵਾਦ ਪਾ ਕਰਕੇ ਤੇ ਇੰਨਾ ਗੁਮਰਾਹ ਕੁਣ ਚਲੇ ਗਏ, ਇੰਨੀ ਗਿਰਾਵਟ ਵਿੱਚ ਚਲੇ ਗਏ। ਅੱਜ ਪੰਥ ਤੋਂ ਉਦੋਂ ਵੀ ਵਿਖੜੇ ਸਮੇਂ ਦੇ ਵਿੱਚ ਲੰਘ ਰਿਹਾ ਹੈ, ਪਰ ਗੁਰੂ ਕੀ ਬਾਣੀ ਪੜ੍ਹਨੀ, ਸੇਵਾ ਕਰਨੀ, ਭਾਣੇ ਦੇ ਵਿੱਚ ਰਹਿਣਾ, ਮਰਿਆਦਾ ਬਰਕਰਾਰ ਰੱਖਣੀ, ਇਹ ਸਾਡੇ ਕੋਲੋਂ ਦੂਰ ਹੁੰਦਾ ਜਾ ਰਿਹਾ। ਜਿਵੇਂ ਜਿਵੇਂ ਕਾਮ ਇਹ ਸਾਰਾ ਕੁਝ ਦੂਰ ਕਰੀ ਜਾ ਰਹੇ ਹਾਂ, ਉਵੇਂ ਉਵੇਂ ਅੱਜ ਕੱਲ੍ਹ ਦਾ ਸਿੱਖ ਜਿਹੜਾ ਆਪਣੇ ਜੀਵਨ ਵਿੱਚੋਂ ਗਿਰਾਵਟ ਵੱਲ ਤੁਰਿਆ ਜਾ ਰਿਹਾ। ਗੁਰੂ ਦੀ ਕਿਰਤ 'ਤੇ ਭਰੋਸਾ ਨਹੀਂ, ਗੁਰੂ ਦੀ ਬਾਣੀ 'ਤੇ ਵਾਦ ਵਿਵਾਦ ਕਰਨ ਲੱਗ ਪੈਣਾ, ਗੁਰੂ ਘਰ ਆਣ ਕਰਕੇ ਆਪਣੀਆਂ ਚੌਧਰਾਂ ਜਗਾਉਣ ਲੱਗ ਪੈਣੀਆਂ। ਇੱਥੇ ਤਾਂ ਸਾਡਾ ਨਿਆਰਾਪਣ ਸੀ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲੈ ਮਿਲਾਏ। ਇੱਥੇ ਤਾਂ ਬੈਠ ਕਰਕੇ ਜੇ ਕੋਈ ਬਾਹਰ ਦਾ ਝਗੜਾ ਚਾਹੁੰਦਾ ਸੀ ਤਾਂ ਉਹਨੂੰ ਵੀ ਇੱਥੇ ਆ ਕੇ ਮੁਕਾਉਣਾ ਸੀ। ਪਰ ਸਾਡੀਆਂ ਬਦਕਿਸਮਤੀਆਂ 'ਤੇ ਅਸੀਂ ਸ਼ੁਰੂ ਹੀ ਸਾਰਾ ਕੁਝ ਹੁਣ ਇੱਥੋਂ ਹੀ ਕਰਦੇ ਹਾਂ। ਸੋ ਖਾਲਸਾ ਜੀ, ਇਹ ਜਿਹੜਾ ਕਰਮ ਸੀ ਇਹਨੂੰ ਅਸੀਂ ਤਿਆਗ ਦਿੱਤਾ। ਇਹ ਕਰਮ ਤਿਆਗਣ ਦੇ ਨਾਲ ਗੁਰੂ ਕੇ ਖਾਲਸੇ ਦੇ ਵਿੱਚ ਅੱਜ ਵੀ ਅਨੇਕਾਂ ਤਰ੍ਹਾਂ ਦੇ ਸੰਕਟ ਵਿਪਤਾ ਦਾ ਸਮਾਂ ਬਣਿਆ ਹੋਇਆ। ਉਦੋਂ ਗੁਰੂ ਕਾ ਖਾਲਸਾ ਭਾਵੇਂ ਘੋੜਿਆਂ ਦੀਆਂ ਕਾਠੀਆਂ 'ਤੇ ਰਹਿਣਾ, ਅੰਮ੍ਰਿਤ ਵੇਲੇ ਦੀ ਜਾਗਰਤਾ ਗੁਰੂ ਤੋਂ ਮੰਗਣੀ, ਨਿਤਨੇਮ ਮੰਗਣਾ, ਬਾਣੀ ਮੰਗਣੀ, ਸੇਵਾ ਸਿਮਰਨ ਦੀ ਦਾਤ ਮੰਗਦੇ ਸਨ। ਸਿੰਘ ਅਕਾਲ ਅਕਾਲ ਕਹਿ ਸੀਸ ਚੜਾਵੇ। ਜਦੋਂ ਕਿਤੇ ਪੰਥ 'ਤੇ ਬਿਪਤਾ ਆਉਂਦੀ ਸੀ ਤੇ ਜਿਹੜੇ ਝੱਲਾ ਪੂਚਿਆਂ ਦੇ ਵਿੱਚ ਰਹਿਣ ਵਾਲੇ ਸਿੰਘ ਸੀ ਨਾ ਜੰਗਲ ਵੇਲਿਆਂ 'ਚ, ਉਹ ਬੋਲੇ ਸੌ ਨਿਹਾਲ ਦੇ ਚਕਾਰੇ ਲਾ ਕਰਕੇ ਵੱਧ ਵੱਧ ਕੇ ਬੜੀ ਖੁਸ਼ੀ ਦੇ ਨਾਲ ਇੱਕ ਦੂਜੇ ਤੋਂ ਪਹਿਲਾਂ ਅੱਗੇ ਜਾ ਕਰਕੇ ਚਕਾਰੇ ਲਾ ਕਰਕੇ ਸ਼ਹਾਦਤ ਪੀ ਜਾਂਦੇ ਸੀ। ਇਹ ਨਹੀਂ ਸੀ ਵੇਖਦੇ ਵੀ ਦੂਜਾ ਅੱਗੇ ਹੋਵੇ ਤੇ ਮੈਂ ਫੇਰ ਜਾਵਾਂਗਾ, ਪਹਿਲਾਂ ਦੂਜੇ ਦੀ ਵਾਰੀ ਹੈ। ਉਦੋਂ ਤਾਂ ਹਰ ਇੱਕ ਦੇ ਮਨ ਵਿੱਚ ਚਾਓ ਸੀ ਗੁਰੂ ਕੀ ਸਿੱਖੀ ਦਾ। ਸੋ ਇਹ ਜਿਹੜੇ ਸਾਰੇ ਸਿੰਘ ਸਨ, ਜਪ ਤਪ ਕਰਨ ਵਾਲੇ, ਬਾਣੀ ਪੜ੍ਹਨ ਵਾਲੇ, ਨਿਤਨੇਮ ਕਰਨ ਵਾਲੇ ਅਤੇ ਕਾਲ ਕਾਲ ਕਰਕੇ ਸ਼ਹਾਦਤ ਦੇਣ ਵਾਲੇ, ਉਹ ਸਾਰੇ ਸੂਰਮੇ ਨਡਰ ਯੋਧੇ ਜਿਹੜੇ ਸੀ, ਉਹ ਭਾਈ ਮਹਿਤਾਬ ਸਿੰਘ ਹੁਣ ਲਾਗੇ ਬਣੇ ਰਹੇ ਨਹੀਂ ਹਨ। ਅਬ ਹੈ ਤੁਮ ਹੀ ਸੇ ਉਹਾਂ ਸਿੰਘ। ਹੁਣ ਤੁਸੀਂ ਆਪਣੇ ਵੱਲ ਵੇਖ ਲਓ ਵੀ ਤੁਹਾਡੇ ਵਰਗਾ ਸੂਰਮਾ ਮਹਾਨ ਯੋਧਾ ਉਹ ਵੀ ਕਿੱਡੀ ਦੂਰ ਆਣ ਕਰਕੇ ਤੂੰ ਵੀ ਇਹਨਾਂ ਸਿੰਘਾਂ ਦੇ ਵਿੱਚੋਂ ਹੀ ਮਹਿਤਾਬ ਸਿੰਘ ਹੈ, ਨਿਤਨੇ ਉਹਦੇ ਵਿੱਚ ਪ੍ਰਪੱਕ ਹੈ, ਗੁਰੂ ਕੀ ਬਾਣੀ ਪੜ੍ਹਨ ਵਾਲਾ ਹੈ, ਗੁਰੂ ਦੇ ਘਰ ਦੀ ਭੈ ਭਾਵਨਾ ਰੱਖਣ ਵਾਲਾ ਹੈ ਸੂਰਮਿਆਂ, ਤੂੰ ਵੀ ਉਹਨਾਂ ਸਿੰਘਾਂ ਦੇ ਵਿੱਚ ਹੀ ਹੈ, ਸਾਡਾ ਸਰਦਾਰ ਹੈ, ਤੇ ਕਿੱਥੇ ਆ ਕੇ ਬੈਠਾ ਹੈ। ਗਏ ਨੱਠ ਕਰ ਲੰਬੀ ਡਿੰਗ। ਅਤੇ ਇਸ ਤਰ੍ਹਾਂ ਤੇ ਜਿਸ ਤਰ੍ਹਾਂ ਤੁਸੀਂ ਪੰਜਾਬ ਦੀ ਧਰਤੀ ਤੋਂ ਚੱਲ ਕੇ ਜੈਪੁਰ ਆ ਕੇ ਨਾ ਨੇਗਾ ਸੂਰਮੇ ਪੰਥ ਦੇ, ਇਸੇ ਤਰ੍ਹਾਂ ਹੀ ਦੂਜੇ ਵੀ ਜਿਹੜੇ ਉਹ ਦੂਰ ਦੂਰ ਜਾ ਕੇ ਆਪਣਾ ਵਾਸਾ ਕਰ ਗੋਹਰਾ ਜਹੈ ਸੁਣ ਸਿੰਘ ਜੀ ਚਿਪ ਲੱਗੀ। ਇਹ ਸਾਰੇ ਬਚਨ ਜਦੋਂ ਗੁਰੂ ਕੇ ਸਿੰਘ ਨੇ ਆਣ ਕਰਕੇ ਭਾਈ ਮਹਿਤਾਬ ਸਿੰਘ ਨੂੰ ਦੱਸੇ, ਕਵੀ ਜੀ ਕਹਿੰਦੇ ਸਾਰਾ ਕੁਝ ਆਪਣੇ ਕੰਨਾਂ ਦੇ ਨਾਲ ਭਾਈ ਮਹਿਤਾਬ ਸਿੰਘ ਜੀ ਸੁਣਦੇ ਗਏ ਅਤੇ ਸਰੀਰ ਜਿਹੜਾ ਉਹ ਜੋਸ਼ ਦੇ ਵਿੱਚ ਆਣ ਕਰਕੇ ਗਰਮ ਹੁੰਦਾ ਗਿਆ। ਬਚਨ ਸਿੰਘ ਦਾ ਮੰਨਿਆ ਕਿ ਵਾਕਿਆ ਹੀ ਠੀਕ ਹੈ, ਜਿਸ ਤਰ੍ਹਾਂ ਅਸੀਂ ਇੱਧਰ ਸੰਕਟ ਦੇ ਸਮੇਂ 'ਚ ਆਪਣਾ
ਸਮਾਂ ਥੋੜ੍ਹਾ ਜਿਹਾ ਟਾਲਣ ਵਾਸਤੇ ਇੱਥੇ ਆਏ ਹਾਂ। ਦੂਸਰੇ ਸਿੰਘ ਵੀ ਦੂਰ ਦੂਰ ਚਲੇ ਗਏ ਹੋਣਗੇ, ਬਿਲਕੁਲ ਇਹ ਸਿੰਘ ਨਿਰਦੋਸ਼ ਨੇ, ਚੰਗਾ ਕੀਤਾ ਇਹਨਾਂ ਸਾਨੂੰ ਆਣ ਕਰਕੇ ਸੁਨੇਹਾ ਦਿੱਤਾ। ਸੋ ਇਹ ਸੁਣ ਕਰਕੇ ਅਤੇ ਜੋਸ਼ ਦੇ ਵਿੱਚ ਆਣ ਕਰਕੇ ਭਾਈ ਮਹਿਤਾਬ ਸਿੰਘ ਜੀ ਬੜਾ ਅਚੰਭੇ ਦੇ ਵਿੱਚ ਨੇ, ਬੜੀਆਂ ਸੋਚਾਂ ਦੇ ਵਿੱਚ ਪੈ ਗਏ। ਜਨ ਕਰ ਬਿੱਛੂ ਡਾਂਕ, ਅਤੇ ਇਵੇਂ ਅੰਦਰ ਤੜਫ ਪੈ ਰਹੀ ਹੈ ਵੀ ਜਿਵੇਂ ਕਿਸੇ ਜ਼ਹਿਰੀਲੇ ਜਾਨਵਰ ਨੇ ਡੰਗ ਮਾਰ ਦਿੱਤਾ ਹੋਵੇ। ਜਦੋਂ ਡੰਗ ਮਾਰਿਆ ਹੋਵੇ ਨਾ, ਡੰਗ ਵੱਜਿਆ ਹੋਵੇ, ਦਰਦ ਹੋ ਰਹੀ ਹੋਵੇ, ਫਿਰ ਦਰਦ ਦਾ ਇਲਾਜ ਲੱਭੀ ਦਾ ਹੈ ਵੀ ਇਹਦਾ ਇਲਾਜ ਕੀ ਹੋਵੇ, ਦਰਦ ਹਟੇਗੀ ਕਿਵੇਂ। ਭਾਈ ਮਹਿਤਾਬ ਸਿੰਘ ਕਹਿੰਦੇ ਮੇਰੇ ਖਿਰਦੇ ਦੇ ਵਿੱਚ ਲਾਟਾਂ ਮੱਚ ਰਹੀਆਂ ਨੇ, ਕਿਹੜਾ ਸਮਾਂ ਹੋਵੇ, ਛੇਤੀ ਤੋਂ ਛੇਤੀ ਮੈਂ ਅੰਮ੍ਰਿਤਸਰ ਦੀ ਧਰਤੀ 'ਤੇ ਪਹੁੰਚਣਾ ਚਾਹੁੰਦਾ, ਪਰ ਇਹ ਜਿਹੜੀ ਹਿਰਦੇ 'ਚ ਲਾਟ ਮੱਚ ਗਈ, ਇਹਨੂੰ ਠੰਡਿਆ ਕਿਵੇਂ ਕਰਨਾ, ਮੈਂ ਇਹਦੀ ਰਣਨੀਤੀ ਬਣਾ ਲਿਆ। ਇਹਦੀ ਰਣਨੀਤੀ ਗੁਰੂ ਖਾਲਸਾ ਜੀ, ਆਪਾਂ ਸਾਰੇ ਗੁਰੂ ਕੇ ਸਿੱਖ ਇਕੱਤਰ ਹੋ ਕਰਕੇ ਲਿਖਦੇ ਹਾਂ। ਤਨ ਮਨ ਅੱਜ ਵੀ ਬਹੁ ਲੱਗੀ, ਅਤੇ ਬਹੁਤ ਜ਼ਿਆਦਾ ਚਿੰਤਾ ਹੈ ਮੈਨੂੰ ਇਸ ਗੱਲ 'ਤੇ, ਇਹ ਸਾਰਾ ਕੁਝ ਸੁਣ ਕਰਕੇ ਮੇਰੇ ਤੋਂ ਹੁਣ ਇੱਥੇ ਨੌਕਰੀ 'ਤੇ ਜੈਪੁਰ ਦੇ ਰਾਜੇ ਦੀ ਫੌਜ ਵਿੱਚ ਰਿਹਾ ਨਹੀਂ ਜਾਵੇਗਾ। ਚਿਤ ਧਾਰਿਓ ਮਰਨ ਨਿਸ਼ਾਂਕ, ਹੁਣ ਇੱਕੋ ਹੀ ਗੁਰੂ ਪੰਥ ਜੀ ਮੇਰਾ ਅਰਦਾਸਾ ਹੈ, ਇਹ ਸਾਰਾ ਕੁਝ ਕੰਨਾਂ ਨਾਲ ਸੁਣ ਨਹੀਂ ਸਕਦਾ, ਮੇਰਾ ਗੁਰੂ ਮੇਰੇ 'ਤੇ ਕਿਰਪਾ ਕਰੇ, ਮੈਂ ਆਪਣੀ ਜਾਨ ਨਿਸ਼ਾਵਰ ਕਰ ਦਿਆਂਗਾ, ਯਤਨ ਕਰਾਂਗਾ ਕਿ ਮੱਸੇ ਲੰਘਣ ਦਾ ਸਿਰ ਲਾਹ ਕਰਕੇ ਗੁਰੂ ਕੇ ਪੰਥ ਦੇ ਚਰਨਾਂ ਦੇ ਵਿੱਚ ਲਿਆ ਕਰਕੇ ਦੀ ਖਿੱਦੋ ਖੂੰਡੀ ਬਣਾ ਦਿਆਂ, ਭਾਵੇਂ ਜੋ ਪਰਮੇਸ਼ੁਰ ਨੂੰ ਭਾਉਂਦਾ ਹੋਏਗਾ ਉਹੋ ਹੀ ਹੋਵੇਗਾ, ਵਰਤੇਗੀ ਉਹਦੀ ਕਲਾ, ਪਰ ਮੈਨੂੰ ਹੁਣ ਮਰਨ ਤੋਂ ਡਰ ਨਹੀਂ, ਮੈਂ ਮੌਤ ਨੂੰ ਵੀ ਗਲੀ ਨਾਲ ਲਾ ਦੇਵਾਂਗਾ, ਪਰ ਜਿੰਦਾ ਜੀ ਆਪਣੇ ਗੁਰੂ ਦੇ ਇੱਡੇ ਵੱਡੇ ਮਹਾਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬੇਅਦਬੀ ਜਿਹੜੀ ਉਹ ਮੈਂ ਸਹਾਰ ਨਹੀਂ ਸਕਦਾ। ਸੋਰਠਾ ਮਾੜੀ ਕੰਬੋਵਾਲ ਸੁੱਖਾ ਸਿੰਘ ਤਰਖਾਣ ਤੋਂ, ਇਹ ਫਿਰ ਬਚਨ ਸੁਣ ਕਰਕੇ ਭਾਈ ਮਹਿਤਾਬ ਸਿੰਘ ਦਾ, ਅਤੇ ਮਾੜੀ ਕੰਬੋ ਕੇ ਨਗਰ ਪੈਂਦਾ ਭਿੱਖੀਵਿੰਡ ਸ਼ਹਿਰ ਕਸਬੇ ਦੇ ਲਾਗੇ, ਉੱਥੋਂ ਦੇ ਰਹਿਣ ਵਾਲਾ ਭਾਈ ਸੁੱਖਾ ਸਿੰਘ ਤਰਖਾਣ ਘਰਾਣੇ ਦੇ ਨਾਲ ਸੰਬੰਧ ਰੱਖਦਾ ਗੁਰੂ ਘਰ ਸਿੰਘ, ਉਹ ਵੀ ਇਹਨਾਂ ਸਿੰਘਾਂ ਦੇ ਵਿੱਚ ਹੈ, ਉਹ ਵੀ ਗੁਰੂ ਕੇ ਪੰਥ ਦੇ ਵਿੱਚ ਸੀ। ਮਹਿਤਾਬ ਸਿੰਘ ਕੇ ਨਾਲ ਆਇਓ ਦੂਜੋ ਸਿਦਕ ਕਰ, ਅਤੇ ਉਸ ਸੂਰਮੇ ਨੇ ਵੀ ਜਕਾਰਾ ਛੱਡਿਆ ਵੀ ਭਾਈ ਮਹਿਤਾਬ ਸਿੰਘ ਤੂੰ ਇਕੱਲਾ ਨਹੀਂ ਜਾਵੇਂਗਾ, ਅਸੀਂ ਵੀ ਤੇਰੇ ਨਾਲ ਜਾਵਾਂਗਾ, ਮੈਂ ਵੀ ਆਪਣੇ ਗੁਰੂ ਦੇ ਪ੍ਰਤੀ ਇੰਨੀ ਸ਼ਰਧਾ ਪਿਆਰ ਰੱਖਦਾ, ਮੈਨੂੰ ਵੀ ਗੁਰੂ ਨੇ ਕਿਰਪਾ ਕੀਤੀ, ਸੋਹਣਾ ਤਨ ਦਿੱਤਾ, ਮੈਂ ਵੀ ਤੇਰੇ ਨਾਲ ਇਸ ਸੇਵਾ ਵਿੱਚ ਹਿੱਸਾ ਪਾਵਾਂਗਾ। ਭਾਈ ਸੁੱਖਾ ਸਿੰਘ ਮਾੜੀ ਕੰਬੋਕੇ ਵਾਲੇ ਉਹ ਵੀ ਤਿਆਰ ਹੋ ਪਏ, ਜਾਓ ਭਾਈ ਉੱਠ ਕਰ ਸਿੰਘ ਜੀ ਫਤਿਹ ਬੁਲਾਈ, ਅਤੇ ਇਹਨਾਂ ਦੋਵੇਂ ਗੁਰੂ ਕੇ ਸੂਰਮਿਆਂ ਨੇ ਸਾਰੇ ਪੰਥ ਦੇ ਨਾਲ ਗੁਰਮਤਾ ਕਰ ਲਿਆ ਵੀ ਸਾਡਾ ਨਿਸ਼ਚਾ ਇੱਕ ਹੈ ਕਿ ਦੂਸਰੀ ਗੱਲ ਨਹੀਂ, ਜਾਂ ਰੰਗੜ ਦਾ ਸਿਰ ਵੱਢ ਕੇ ਲੈ ਆਉਣਾ ਅਤੇ ਜਾਂ ਆਪਣਾ ਸੀਸ ਜਿਹੜਾ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ 'ਚ ਭੇਟਾ ਕਰ ਦਿਆਂ। ਇਹ ਬਚਨ ਕਰਕੇ ਖਾਲਸਾ ਜੀ ਗੁਰੂ ਕੇ ਸਿੰਘਾਂ ਨੇ ਉੱਠ ਕਰਕੇ ਭਾਈ ਸੁੱਖਾ ਸਿੰਘ ਵੀਰਾਂ, ਭਾਈ ਸੁੱਖਾ ਸਿੰਘ ਜੀ ਮਾੜੀ ਕੰਬੋਕੇ ਅਤੇ ਭਾਈ ਮਹਿਤਾਬ ਸਿੰਘ ਜੀ ਮੀਰਾਂਕੋਟ ਵਾਲੇ ਨੇ ਸਾਰੇ ਸਿੰਘਾਂ ਨੂੰ ਫਤਿਹ ਬੁਲਾਈ ਹੈ। ਚਰਨ ਛੋਹੇ ਸਿੰਘ ਆਗਿਆ ਪਾਈ, ਅਤੇ ਸਿੰਘਾਂ ਦੇ ਅੱਗੇ ਸਮੁੱਚੇ ਪੰਥ ਦੇ ਅੱਗੇ ਖਾਲਸਾ ਜੀ ਨਮਸਕਾਰ ਕਰਕੇ ਧਰਤੀ ਨੂੰ ਸਜਦਾ ਕਰਕੇ ਸਾਰੇ ਪੰਥ ਦੇ ਅੱਗੇ ਹੱਥ ਜੋੜ ਕਰਕੇ ਬੇਨਤੀ ਕੀਤੀ, ਗੁਰੂ ਪੰਥ ਜੀ ਗੁਰੂ ਦੀਆਂ ਫੌਜਾਂ ਚੜ੍ਹਾਈ ਕਰਨ ਵਾਸਤੇ ਚੱਲੀਆਂ,
ਤੇ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਿਓ ਵੀ ਸਤਿਗੁਰੂ ਕਿਰਪਾ ਕਰਿਓ ਕਿ ਆਪਣੇ ਸੇਵਕਾਂ ਦੇ ਸਿਰ 'ਤੇ ਹੱਥ ਰੱਖ ਕਰਕੇ ਵੱਡੀ ਭਾਰੀ ਸੇਵਾ ਲੈ ਲਿਓ। ਇਹ ਬੇਨਤੀ ਕਰਕੇ ਨਮਸਕਾਰ ਕਰਕੇ ਗੁਰੂ ਪੰਥ ਨੂੰ ਫਤਿਹ ਦੀ ਸਾਂਝ ਪਾ ਦਿੱਤੇ। ਹਮ ਮਾਰੇ ਜਾਏ ਤੁਰਕਣ ਤਾਈ, ਅਸੀਂ ਤਾਂ ਜਾ ਕਰਕੇ ਖਾਲਸਾ ਜੀ ਹੁਣ ਤੁਰਕ ਨੂੰ ਵੱਢ ਕੇ ਛੱਡਾਂਗੇ, ਪਿੱਛੇ ਨਹੀਂ ਮੁੜਦਾ। ਚਰਨ ਛੋ ਮੈਂ ਖਾਲਸੇ ਆਈ, ਅਤੇ ਉਹ ਜਿਹੜਾ ਮੱਸਾ ਰੰਘੜ ਹੈ ਨਾ ਤੁਰਕ, ਉਹਦਾ ਸਿਰ ਵੱਢ ਕਰਕੇ ਧੜ ਨਾਲੋਂ ਵੱਖਰਾ ਕਰਕੇ ਤੇ ਇੱਥੇ ਲਿਆ ਕਰਕੇ ਖਾਲਸੇ ਦੇ ਚਰਨਾਂ ਵਿੱਚ ਸੁੱਟਣਾ ਹੈ। ਇਹ ਭਾਈ ਮਹਿਤਾਬ ਸਿੰਘ ਕਹਿੰਦੇ ਸਾਡਾ ਪਰਮ ਜੇਕਰ ਸੀਸ ਲੱਗੇ ਗੁਰ ਅਰਥ, ਅਤੇ ਜੇ ਗੁਰੂ ਨੂੰ ਕੋਈ ਹੋਰ ਪਾਉਂਦਾ ਹੋਇਆ ਤੇ ਤਾਂ ਵੀ ਜਿਹੜੀ ਸੀਸ ਦੀ ਭੇਟਾ ਇਹ ਗੁਰੂ ਰਾਮਦਾਸ ਪਾਤਸ਼ਾਹ ਨੂੰ ਦੇ ਦੇਣੀ ਹੈ। ਸਾਰਾ ਕੁਝ ਕੰਨਾਂ ਨਾਲ ਸੁਣ ਕੇ ਰਹਿਣਾ ਨਹੀਂ ਹੈ। ਧੰਨ ਜਨਮ ਧੰਨ ਮਰਨ ਸਮਰੱਥ, ਅਤੇ ਜੇ ਉੱਥੇ ਗੁਰੂ ਦੇ ਚਰਨਾਂ 'ਚ ਸੀਸ ਲੱਗ ਗਿਆ, ਤਨ ਲੱਗ ਗਿਆ, ਸ਼ਹਾਦਤ ਹੋ ਗਈ ਨਾ, ਫਿਰ ਆਇਆ ਹੋਇਆ ਵੀ ਸਫਲ ਹੈ ਅਤੇ ਸੰਸਾਰ ਤੋਂ ਜਾਣਾ ਵੀ ਸਫਲਾ ਹੋ ਜਾਵੇਗਾ। ਸੋ ਫਿਰ ਗੁਰੂ ਕੀ ਕਿਰਪਾ ਹੋਰ ਵੱਡੀ ਭਾਰੀ ਵਰਤੇਗੀ। ਜੇ ਤੁਰਕ ਦਾ ਸਿਰ ਲੱਤ ਕਰਕੇ ਅਤੇ ਖਾਲਸੇ ਦੇ ਚਰਨਾਂ ਦੀ ਖਿਦੋ ਮੁੰਡੀ ਬਣ ਜਾਵੇ, ਫਿਰ ਹੋਰ ਵੱਡੀ ਕਿਰਪਾ ਹੋਵੇਗੀ। ਹੁਣ ਦੋਨਾਂ ਹੱਥਾਂ ਦੇ ਵਿੱਚ ਹੀ ਲੱਡੂ ਨੇ, ਜਾਂ ਤਾਂ ਸ਼ਹੀਦੀ ਪਾਵਾਂਗੇ ਅਤੇ ਜਾਂ ਰੰਗੜ ਦਾ ਸਿਰ ਲੈ ਕੇ ਆਉਣਾ ਹਾਂ। ਤੁਰਕਣ ਲੜਨ ਮਰਨੋਂ ਡਰੇ, ਅਤੇ ਜਿਹੜਾ ਗੁਰੂ ਕਾ ਖਾਲਸਾ ਤੁਰਕਾਂ ਤੋਂ ਲੜਨ ਤੋਂ ਮਰਨ ਤੋਂ ਡਰਦਾ ਹੈ। ਧ੍ਰਿਕ ਤਿਸ ਜਨਨੀ ਧ੍ਰਿਕ ਪਿਤ ਕਰੇ, ਅਤੇ ਗੁਰੂ ਦੀ ਨਿੰਦਿਆ ਸੁਣ ਕਰਕੇ, ਗੁਰੂ ਘਰ ਦੀ ਬੇਅਦਬੀ ਸੁਣ ਕਰਕੇ, ਗੁਰੂ ਘਰ ਦੇ ਵਿੱਚ ਇਹੋ ਜਿਹਾ ਪਹਿਰਾ ਚੱਲਦਾ ਹੋਵੇ ਤੇ ਸ਼ਾਂਤ ਬਹਿ ਜਾਣਾ, ਲਾਣ ਦਏ ਉਸ ਮਾਤਾ ਪਿਤਾ ਨੂੰ ਜਿਹਨੇ ਜਨਮ ਦਿੱਤਾ। ਇਹੋ ਜਿਹੇ ਕੈਰ ਅਨੁਸਾਰ ਅਸੀਂ ਕੈਰ ਨਹੀਂ ਸੂਰਮੇ ਬਣਨਾ ਹੈ, ਅਸੀਂ ਆਪਣੇ ਮਾਤਾ ਪਿਤਾ ਦੀ ਕੁੱਖ ਸਫਲੀ ਕਰਾਂਗੇ। ਦੋਹਰਾ ਮਰਨੇ ਤੇ ਕਿਆ ਡਰਪਣਾ, ਅਤੇ ਭਾਈ ਮਹਿਤਾਬ ਸਿੰਘ ਕਹਿੰਦੇ ਕੀ ਲੋੜ ਹੈ ਮਰਨੇ ਤੋਂ, ਕਿਉਂ ਡਰਨਾ ਹੈ ਜਦੋਂ ਲੈ ਪਾਹਲ ਖੰਡੇ ਧਾਰ, ਜਦੋਂ ਖੰਡੇ ਬਾਟੇ ਦੀ ਪਾਉ ਲੈ ਕਰਕੇ ਤੇ ਤਨ ਮਨ ਗੁਰੂ ਨੂੰ ਭੇਟਾ ਕਰ ਦਿੱਤਾ, ਸੀਸ ਗੁਰੂ ਦੇ ਚਰਨਾਂ ਦੀ ਭੇਟ ਕੀਤਾ ਹੈ। ਜਦ ਹੱਥ ਸਧੌਰਾ ਲੈ ਤੁਰੇ, ਜਦੋਂ ਪਹਿਲਾਂ ਦੀ ਪਰੰਪਰਾ ਸੀ ਨਾ ਕਿ ਜਦੋਂ ਆਪਣਾ ਪਤੀ ਚੜ੍ਹਾਈ ਕਰ ਜਾਣਾ ਤੇ ਧਰਮ ਸਪਤਨੀ ਨੇ ਆਪਣੇ ਹੱਥ ਵਿੱਚ ਸਧੌਰਾ ਲੈ ਕਰਕੇ ਉਦੋਂ ਦੇ ਰੀਤ ਰਿਵਾਜ਼ ਅਨੁਸਾਰ ਤੇ ਪਤੀ ਦੇ ਨਾਲ ਹੀ ਸਤੀ ਹੋ ਜਾਂਦੀ ਸੀ। ਮਰਨੋਂ ਡਰੇ ਨਾ ਨਾਰ, ਇਸਤਰੀ ਨੂੰ ਮਰਨ ਤੋਂ ਰਹਿਤ ਮੰਨਿਆ ਜਾਂਦਾ ਸੀ ਕਿ ਇਹ ਮਰਨ ਤੋਂ ਡਰਦੀ ਨਹੀਂ, ਜਿਹੜੀ ਆਪਣੇ ਹੱਥ ਦੇ ਵਿੱਚ ਸਧੌਰਾ ਫੜ ਕਰਕੇ ਤੇ ਪਤੀ ਨਾਲ ਸਤੀ ਹੋਣ ਵਾਸਤੇ ਤਿਆਰ ਹੁੰਦੀ ਸੀ। ਸੋ ਉਹਨਾਂ ਦੀ ਦੁਨੀਆਂ ਦੇ ਨਾਲੋਂ ਵੱਖਰੀ ਪਛਾਣ ਹੁੰਦੀ ਹੈ। ਅਸੀਂ ਹੁਣ ਗੁਰੂ ਕੀ ਲਾਹੀ ਬਾਣੀ ਦਾ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੈ, ਅਸੀਂ ਉਸੇ ਦਿਨ ਤੋਂ ਹੀ ਆਪਣੇ ਸਿਰਾਂ 'ਤੇ ਕਫਨ ਬੱਧੇ ਖਾਨ। ਚੌਪਈ ਕ੍ਰਮ ਕ੍ਰਮ ਕਰ ਸਿੰਘ ਵਧਨੀ ਆਏ, ਇਸ ਤਰ੍ਹਾਂ ਕਦਮ ਕਦਮ ਪੁੱਟਦੇ ਗੁਰੂ ਕੇ ਸਿੰਘ ਘੋੜਿਆਂ ਦੇ ਕਾਠੀਆਂ ਪਾ ਕਰਕੇ ਤੇ ਵਧਨ ਨੂੰ ਆ ਗਏ ਅੰਮ੍ਰਿਤਸਰ ਵੱਲ। ਅੰਮ੍ਰਿਤਸਰ ਢਿੱਗ ਫਿਰਨ ਨਾ ਪਾਏ, ਅਤੇ ਅੰਮ੍ਰਿਤਸਰ ਦਾ ਲਾਗਾ ਬੰਨਾ ਵੇਖਿਆ, ਭੇਸ ਬਦਲ ਕਰਕੇ ਵੇਖਿਆ ਚਾਰ ਚੁਫੇਰਾ, ਪਰ ਬੜਾ ਸਖਤ ਪਹਿਰੇ ਲੱਗੇ ਸੀ, ਚਾਰ ਚੁਫੇਰੇ ਬੜੀ ਵੱਡੀ ਗਿਣਤੀ ਵਿੱਚ ਤੁਰਕ ਤੁਰੇ ਫਿਰਦੇ ਸਨ। ਕਰੀ ਸੋਚ ਕਛ ਯਤਨ ਕਮਾਈਏ, ਅਤੇ ਫਿਰ ਆਪਸ ਵਿੱਚ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਬਚਨ ਕਰਦੇ ਵੀ ਕੋਈ ਇਹੋ ਜਿਹਾ ਯਤਨ ਬਣਾਉਣਾ ਕਰੀਏ, ਟਕੇ ਭਰਨ ਕੋ ਰੂਪ ਬਣਾਈਏ, ਅਤੇ ਆਪਾਂ ਇਹੋ ਜਿਹਾ ਕੋਈ ਪਹਿਰਾ ਚਲਾਈਏ ਵੀ ਤੁਰਕਾਂ ਨੂੰ ਪਤਾ ਨਾ ਲੱਗੇ ਵੀ ਇਹ ਕਲਗੀਧਰ ਪਾਤਸ਼ਾਹ ਦੇ ਸਿੰਘ ਨੇ।
ਫਿਰ ਭਾਈ ਮਹਿਤਾਬ ਸਿੰਘ ਅਤੇ ਸੁੱਖਾ ਸਿੰਘ ਨੇ ਆਪਸ ਵਿੱਚ ਗੁਰਮਤਾ ਕੀਤਾ ਵੀ ਆਪਾਂ ਲਾ ਕੇ ਇਹਦੇ ਨੰਬਰਦਾਰ ਬਣਦੇ ਹਾਂ, ਆਪਾਂ ਮਾਮਲਾ ਦੇਣ ਵਾਸਤੇ ਲੰਘਣ ਨੂੰ ਆਏ, ਆਪਾਂ ਮਾਮਲਾ ਅਸਲੀ ਦੇ ਕੇ ਜਾਵਾਂਗੇ, ਇਹਨੂੰ ਨੰਬਰਦਾਰ ਬਣਾਂਗੇ ਕਿ ਅਸੀਂ ਵੱਡਾ ਭਾਰੀ ਮਾਲੀਆ ਇਕੱਠਾ ਕਰਕੇ ਧਨ ਇਕੱਠਾ ਕਰਕੇ ਲੈ ਕੇ ਆਏ ਹਾਂ, ਨੰਬਰਦਾਰ ਬਣ ਕੇ ਭੇਸ ਬਦਲ ਕਰਕੇ ਜਾਵਾਂਗੇ। ਗੁਰੂ ਕੇ ਖਾਲਸਾ ਜੀ ਦੋਹਰਾ ਸਿੰਘ ਕਹੇ ਹਮ ਜਿਮ ਪੁਜੈ। ਅਤੇ ਇਹ ਬਚਨ ਜਿਹੜਾ ਸੀ ਨਾ ਗੁਰਮਤਾ ਕਰ ਲਿਆ ਵੀ ਨੰਬਰਦਾਰ ਬਣਾਂਗੇ, ਇਹ ਗੁਰਮਤਾ ਕਰਕੇ ਅਤੇ ਗੁਰੂ ਦੇ ਚਰਨਾਂ 'ਚ ਅਰਦਾਸ ਕੀਤੀ, ਪਾਤਸ਼ਾਹ ਅਸੀਂ ਇਨਸਾਨ ਹਾਂ, ਕਲਯੁਗੀ ਜੀਵ ਹਾਂ, ਕਈ ਪ੍ਰਕਾਰ ਦੀਆਂ ਭੁੱਲਾਂ ਹੁੰਦੀਆਂ ਨੇ, ਤੁਸੀਂ ਸਮਰੱਥ ਦੇ ਜਿਵੇਂ ਤੁਹਾਨੂੰ ਪਾਉਂਦਾ ਹੋਇਆ ਸਤਿਗੁਰੂ ਇਹ ਆਪਣੇ ਘਰ ਦਾ ਕਾਰਜ ਕਰਵਾ ਲਿਓ, ਇਹ ਬਹੁਤ ਵੱਡਾ ਪੰਥ ਦਾ ਕਾਰਜ ਹੈ, ਜਿਵੇਂ ਤੈਨੂੰ ਪਾਉਂਦਾ ਹੈ ਪਾਤਸ਼ਾਹ ਕਰ ਲਵੇਂ, ਜੋ ਸਾਡੇ ਮਨ ਦਾ ਫੁਰਨਾ ਸੀ ਅਸੀਂ ਉਹ ਸੋਚ ਲਿਆ ਹਾਂ। ਕੋਈ ਸਤਿਗੁਰ ਬਾਤ ਬਣਾਓ, ਇਹ ਕੀ ਬਨਵਾਜ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ, ਕੋਈ ਇਹੋ ਜਿਹੀ ਵਿਧ ਬਣਾ ਦਿਓ, ਜਾਏ ਮੱਸੇ ਕੋ ਸਿਰ ਕੱਟੇ, ਅਤੇ ਜਿਹਦੇ ਨਾਲ ਅਸੀਂ ਮੱਸੇ ਰੰਗਣ ਦਾ ਸਿਰ ਵੱਢ ਸਕੀਏ, ਨਹਿਰ ਰਸਤੇ ਹੋਏ ਅਟਕਾਓ, ਅਤੇ ਕੋਈ ਰਸਤੇ ਦੇ ਵਿੱਚ ਸਾਨੂੰ ਰੋਕੇ ਨਾ, ਇਹੋ ਜਿਹੀ ਕੋਈ ਵਿਧ ਮੇਰੇ ਪਾਤਸ਼ਾਹ ਬਣਾਉਣੀ ਕਰੋ। ਜੋ ਪਈ ਸੋ ਸਤਿਗੁਰ ਵਿਧੀ ਬਣਾਈ, ਫਿਰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕਰਕੇ ਵਿਧ ਬਣਾ ਦਿੱਤੀ, ਸਿਖਰ ਦੁਪਹਿਰੀ ਮੈਂ ਬਣ ਆਈ, ਅਤੇ ਸਿਖਰ ਦੀ ਦੁਪਹਿਰ ਲਾਗੇ ਕੜਕਵੀਂ ਧੁੱਪ ਲੱਗੀ ਹੋਈ ਸੀ, ਵਗੀ ਪਵਨ ਬਹੁ ਘਟਾ ਉਡਾਨਾ, ਇਹੋ ਜਿਹਾ ਹਨੇਰ ਚੜਿਆ, ਬਹੁਤ ਜ਼ਿਆਦਾ ਮਿੱਟੀ ਘਟਾ ਧੂੜ ਜਿਹੜੀ ਸਮਾਨ ਦਾ ਕੁੱਟ ਗਏ, ਇਮ ਕਰ ਲੀਨੇ ਮੁੱਖ ਛਪਾਨਾ, ਇਸ ਤਰ੍ਹਾਂ ਫਿਰ ਮਿੱਟੀ ਘੱਟੇ ਦੀ ਧੂੜ ਦੇ ਵਿੱਚ ਉੱਡਦੇ ਗੁਰੂ ਕਾ ਪੰਥ ਅੰਮ੍ਰਿਤਸਰ ਵੱਲ ਨੂੰ ਤੁਰ ਪਏ। ਸੋ ਧੂੜ ਦਾ ਬਹਾਨਾ ਲਾ ਕਰਕੇ ਆਪਣੇ ਜਿਹੜੇ ਚਿਹਰੇ ਸਨ ਉਹਨਾਂ ਨੂੰ ਢੱਕ ਲੈਣਾ ਕੀਤਾ ਵੀ ਮਿੱਟੀ ਘੱਟਾ ਬਣਾ ਉੱਡਦਾ ਹੈ, ਅਸੀਂ ਆਪਣੇ ਬਚਾਓ ਵਾਸਤੇ ਪਰਦਾ ਕੀਤਾ ਹਾਂ, ਸਿਖਰ ਦੁਪਹਿਰੀ ਭਾਦਵੇ, ਅਤੇ ਸਿਖਰ ਦੀ ਦੁਪਹਿਰ ਤੇ ਭਾਦਰੋ ਦਾ ਮਹੀਨਾ ਕੜਕਦੀ ਧੁੱਪ ਹੈ, ਬਹੁਤ ਜ਼ਿਆਦਾ ਗਰਮੀ ਦੀ ਰੁੱਤ ਹੈ, ਸੂਰਜ ਅਤ ਤਪਤਾਏ, ਬਹੁਤ ਜ਼ਿਆਦਾ ਸੂਰਜ ਜਿਹੜਾ ਉਹ ਵੀ ਤਪ ਕੇ ਲੋਹੇ ਲਾਖਾ ਹੋਇਆ ਹੈ, ਕਦ ਬਰਸਾ ਕਦ ਉੱਜੜੈ, ਅਤੇ ਜਿਵੇਂ ਆਪਾਂ ਪੰਜਾਬ 'ਚ ਵੇਖਦੇ ਹਾਂ ਵੀ ਇਹਨਾਂ ਦਿਨਾਂ ਦੇ ਵਿੱਚ ਭਾਦਰੋ ਦੇ ਮਹੀਨੇ ਦੇ ਵਿੱਚ ਕਦੇ ਕਣੀਆਂ ਜਿਹੀਆਂ ਪੈ ਜਾਂਦੀਆਂ ਧੁੱਪ ਲੱਗੀ ਦੇ, ਅਤੇ ਕਦੇ ਬਹੁਤ ਜ਼ਿਆਦਾ ਸਖ਼ਤ ਜਿਹੜੀ ਤਪਸ਼ ਵਰਦੀ ਗਾ, ਵਿਧ ਐਸੀ ਲਈ ਤਕਾਏ, ਇਹੋ ਜਿਹਾ ਸਮਾਂ ਸੀ ਉਹ ਗੁਰੂ ਕੀ ਕਿਰਪਾ ਦੇ ਨਾਲ ਬਣ ਗਿਆ, ਜੋ ਪਈ ਧੁੱਪ ਲੱਗੀ ਫੌਜ ਛਾਵੇਂ ਗਈ, ਅਤੇ ਧੁੱਪ ਦੀ ਮਾਰ ਨਾ ਸਹਾਰਦਿਆਂ ਜਿਹੜੀ ਫੌਜ ਸੀ ਨਾ ਤੁਰਕਾਂ ਦੀ ਉਹ ਵੀ ਛਾਂ ਲੱਭਦੇ ਲੱਭਦੇ ਛਾਵੇਂ ਚਲੇ ਗਏ, ਕਿਛ ਵਰਖਾ ਕਰ ਡੇਰਨ ਵਈ, ਅਤੇ ਕਈ ਫਿਰ ਥੋੜ੍ਹਾ ਥੋੜ੍ਹਾ ਮੀਂਹ ਵੀ ਹੁੰਦਾ ਸੀ ਕਿਤੇ ਵਿੱਚੋਂ ਬਦਲੀ ਜੀ ਵਰਦੀ, ਆਸਾ ਪਾਸਾ ਵੇਖ ਕਰਕੇ ਭੂਰ ਜੀ ਤੋਂ ਬਚਦੇ ਹੋਏ ਕਈ ਜਿਹੜੇ ਤੁਰਕ ਸਨ ਉਹ ਵੀ ਫਿਰ ਪਾਸੇ ਆਸੇ ਹੋ ਗਏ, ਮੱਸੇ ਸਾਰੰਗ ਰਾਗ ਗਵਾਇਆ, ਅਤੇ ਮੱਸੇ ਲੰਘਣ ਨੇ ਜਿੱਥੇ ਗੁਰੂ ਕੀ ਬਾਣੀ ਦਾ ਕੀਰਤਨ ਚੱਲਦਾ ਸੀ ਉੱਥੇ ਆਪਣੇ ਤਾਲ ਜਿਹੜੇ ਸੀ ਸ਼ੁਰੂ ਕਰਾ ਲਿਜੈ ਮਲਾ ਰਹਿ ਰਾਗ ਅਲਾਇਆ, ਉਹ ਜਿਹੜਾ ਗਾਉਣ ਵਾਲਾ ਸੀ ਨਾ ਉੱਥੇ ਵਜਾਉਣ ਵਾਲਾ ਨੱਟ ਉਹ ਕਦੇ ਮਲਾਰ ਰਾਗ ਅਤੇ ਕਵੀ ਜੀ ਕਹਿੰਦੇ ਕਦੇ ਸਾਰੰਗ ਰਾਗ, ਵਾਰੋ ਵਾਰੀ ਰਾਗ ਬਦਲ ਬਦਲ ਕੇ, ਅਤੇ ਜਿਵੇਂ ਕੰਜਰੀ ਨੱਚਦੀ ਸੀ ਉਹ ਨਾਚ ਕਰਦੀ ਸੀ ਉਹਦੇ ਨਾਲ ਨਾਲ ਹੀ ਆਪਣੇ ਤਾਲ ਸੁਰ ਬਦਲਦਾ ਹੈ, ਕੋ ਸੁੱਤੋ ਕੋ ਜਾਗਤੇ, ਕਈ ਥੋੜੇ ਬਹੁਤੇ ਸੁੱਤੇ ਸਨ ਤੇ ਕੋਈ ਜਾਗਦੇ ਨੇ ਤੁਰਕ, ਲਖੇ ਉਹ ਭੇਦ, ਕਿਸੇ ਨੇ ਵੀ ਗੁਰੂ ਕੇ ਖਾਲਸੇ ਦਾ ਭੇਦ ਨਾ ਜਾਣਿਆ,
ਦਰਵਾਜ਼ੇ ਦਰਸ਼ਨੀ ਜਾ ਢੁਕੇ ਅਤੇ ਫਿਰ ਸੂਰਮੇ ਗੁਰੂ ਦੀ ਕਿਰਪਾ ਦਾ ਸਦਕਾ ਦਰਸ਼ਨੀ ਡਿਉੜੀ ਦੇ ਲਾਗੇ ਜਿੱਥੇ ਲਾਚੀ ਪੇ ਰਹਿਣਾ ਜਿੱਥੋਂ ਅੱਜ ਕੱਲ੍ਹ ਗੁਰੂ ਕੀ ਸੰਗਤ ਦਰਸ਼ਨ ਕਰਕੇ ਬਾਹਰ ਨਿਕਲੀ ਉੱਥੇ ਜਾ ਕਰਕੇ ਗੁਰੂ ਕਾ ਪੰਥ ਗੁਰੂ ਕੇ ਖਾਲਸੇ ਪਹੁੰਚ ਗਿਆ ਉਤਰੇ ਤਹਿ ਬਿਨ ਖੇਦ ਉੱਥੇ ਫਿਰ ਸੂਰਮੇ ਬਿਨਾਂ ਕਿਸੇ ਤੰਗੀ ਪੇਸ਼ੀ ਤੋਂ ਬਿਨਾਂ ਕਿਸੇ ਦੇ ਰੋਕਿਆ ਰੁਕਾਇਆ ਉੱਥੇ ਜਾ ਕੇ ਉਤਰ ਗਏ ਸਨ ਸੋ ਉੱਥੇ ਜਾ ਕਰਕੇ ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਨੇ ਆਪਣੇ ਜਿਹੜੇ ਘੋੜੇ ਸੀ ਉਹ ਲਾਚੀ ਬੇਰੀ ਦੇ ਨਾਲ ਬੰਨ ਲੈਣਾ ਕੀਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੀ ਕਿਰਪਾ ਰਹਿਮਤ ਦਾ ਸਦਕਾ ਸਾਰੇ ਪੰਥ ਨੇ ਉੱਥੇ ਜਾ ਕਰਕੇ ਆਪਣਾ ਡੇਰਾ ਲਾ ਲਿਆ ਉੱਥੋਂ ਕਿਵੇਂ ਅੱਗੇ ਵੱਧ ਕਰਕੇ ਗਏ ਕਿਵੇਂ ਜਾ ਕਰਕੇ ਲੰਘਣ ਦੇ ਨਾਲ ਉਹਦਾ ਸਿਰ ਜਿਹੜਾ ਧੜ ਨਾਲੋਂ ਵੱਖਰਾ ਕੀਤਾ ਹੈ ਗੁਰੂ ਦੀ ਕਿਰਪਾ ਦਾ ਸਦਕਾ ਅਗਲੇ ਆਉਣ ਵਾਲੇ ਦੀਵਾਨਾਂ ਵਿੱਚ ਆਪਾਂ ਸਰਵਣ ਕਰਾਂਗੇ ਸਤਿਗੁਰਾਂ ਦੇ ਪਾਵਨ ਪਵਿੱਤਰ ਗਾਧ ਬੋਧ ਇਤਿਹਾਸ ਦੀ ਵਿਚਾਰ ਕਰਦਿਆਂ ਜਾਣੇ ਅਣਜਾਣੇ ਵਿੱਚ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ ਗੁਰੂ ਸਾਹਿਬਾਨ ਗੁਰੂ ਕੀ ਸੰਗਤ ਤੋਂ ਬਖਸ਼ਣ ਯੋਗ ਬਖਸ਼ ਲੈਣਾ ਦੇਖੋ ਸੱਜਣ ਅਸੀਸੜ ਜਾਂ ਜੋ ਹੋਵੇ ਸਹਿਬ ਸਿਉ ਮੇਲ ਕੋ ਸੂਤੋ ਕੋ ਜਾਗਤ ਕਿਨਾ ਨਾ ਲਖਿਓ ਭੇਦ ਦਰਵਾਜ਼ੇ ਦਰਸ਼ਨੀ ਜਾ ਢੁਕੇ ਉਤਰੇ ਤਹਿ ਬਿਨ ਖੇਦ ਵਾਹਿਗੁਰੂ ਜੀ ਕਾ ਖਾਲਸਾ